ਬੱਚਾ ਸਕੂਲ ਜਾਂਦਾ ਰਹੇ ਪੜਦਾ ਜਿੰਨਾ ਮਰਜ਼ੀ ਰਹੇ ਜਿੰਨਾ ਚਿਰ ਉਹਦਾ ਪੇਪਰ ਨਾ ਪਵੇ ਪਤਾ ਨਹੀਂ ਲੱਗਦਾ ਕਿ ਉਹ ਖੜਾ ਕਿੱਥੇ ਹੈ ਜਿੰਨਾ ਚਿਰ ਅਸੀਂ ਗੁਰਬਾਣੀ ਦੇ ਅਨੁਸਾਰ ਆਪਣੇ ਆਪ ਨੂੰ ਏਵੈਲੂਏਟ ਐਨਾਲਿਸਿਸ ਨਹੀਂ ਕਰਦੇ ਜਿੰਨਾ ਚਿਰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਰਹਿਤ ਕੀ ਹੈ ਗੁਰੂ ਦੇ ਇਤਿਹਾਸ ਤੋਂ ਸਿੱਖਿਆ ਨਹੀਂ ਲੈਂਦੇ ਬਸ ਇੱਕ ਬੋਰਡ ਲਾ ਕੇ ਤੁਰੇ ਫਿਰਾਂਗੇ ਸ਼ਾਇਦ ਕਿ ਮੈਂ ਸਿੱਖਾਂ ਹਾਂ ਪਤਾ ਨਹੀਂ ਲੱਗੇਗਾ ਹੁਣ ਪ੍ਰਸ਼ਨ ਉੱਠਿਆ ਸੀ ਕੀ ਮੈਂ ਸਿੱਖ ਹਾਂ ਆਪੋ ਆਪਣੀ ਵੈਲਿਊਏਸ਼ਨ ਜਿਹੜੇ ਤੇ ਸੰਗਤੀ ਹਨ ਜਿਹੜੇ ਆ ਰਹੇ ਸੀ ਤਿੰਨ ਦਿਨਾਂ ਤੋਂ ਉਹ ਬਖੂਬੀ ਜਾਣਦੇ ਹਨ ਫਿਰ ਪ੍ਰਸ਼ਨ ਉੱਠਦਾ ਹੈ ਕੀ ਮੈਂ ਸਿੱਖ ਬਣਨਾ ਚਾਹੁੰਦਾ ਹਾਂ ਜੇ ਨਹੀਂ ਫਿਰ ਤਾਂ ਮੌਜਾਂ ਹੀ ਮੌਜਾਂ ਹਨ ਜਿਹੜੇ ਬੱਚੇ ਨੇ ਫੈਸਲਾ ਕਰ ਲਿਆ ਮੈਂ ਪੜ੍ਹਨਾ ਨਹੀਂ ਚਾਹੁੰਦਾ ਫਿਰ ਉਹ ਮੌਜਾਂ ਹੀ ਮੌਜਾਂ ਹਨ ਗਲੀਆਂ 'ਚ ਫਿਰੇ ਗਰਾਊਂਡਾਂ 'ਚ ਫਿਰੇ ਜਿੱਥੇ ਮਰਜ਼ੀ ਵਾਰਾ ਗਰਦੀ ਫਿਰੇ ਕਰੇ ਉਹਦੇ ਉੱਤੇ ਕੋਈ ਰੂਲ ਲਾਗੂ ਨਹੀਂ ਹੁੰਦਾ ਜਿਸ ਨੇ ਫੈਸਲਾ ਹੀ ਕਰ ਲਿਆ ਮੈਂ ਨਹੀਂ ਪੜਨਾ ਪਰ ਜਿਹੜਾ ਬੱਚਾ ਫੈਸਲਾ ਕਰ ਲਵੇ ਮੈਂ ਡਾਕਟਰ ਬਣਨਾ ਹੈ ਮੈਂ ਇੰਜੀਨੀਅਰ ਬਣਨਾ ਹੈ ਮੈਂ ਆਈਏਐਸ ਬਣਨਾ ਹੈ ਮੈਂ ਕੋਈ ਵਧੀਆ ਪੜਾਈ ਕਰਨੀ ਹੈ ਉਸ ਬੱਚੇ ਲਈ ਫਿਰ ਇੱਕ ਡੈਡੀਕੇਸ਼ਨ ਦੀ ਲੋੜ ਹੁੰਦੀ ਹੈ ਉਹਨੂੰ ਪੈਸ਼ਨ ਦੀ ਲੋੜ ਹੁੰਦੀ ਹੈ ਉਸ ਨੂੰ ਮਿਹਨਤ ਕਰਨੀ ਪੈਂਦੀ ਹੈ ਉਹਨੂੰ ਸਵੇਰੇ ਉੱਠ ਕੇ ਪੜ੍ਹਨਾ ਪੈਂਦਾ ਹੈ ਪੜ੍ਹਦੇ ਪੜ੍ਹਦੇ ਸੌਣਾ ਪੈਂਦਾ ਜੇ ਤੇ ਪ੍ਰਸ਼ਨ ਇਹ ਹੈ ਕਿ ਮੈਂ ਸਿੱਖ ਨਹੀਂ ਬਣਨਾ ਫਿਰ ਤਾਂ ਮੌਜਾ ਹੀ ਮੌਜਾ ਹੈ ਜਿੱਥੇ ਫਿਰਨਾ ਕੋਈ ਫਿਰੀ ਜਾਵੇ ਸਾਰੀ ਦੁਨੀਆ ਜਿੱਥੇ ਇੱਥੇ ਚੰਗੇ ਹਨ ਉਥੇ ਬੁਰੇ ਤੋਂ ਬੁਰੇ ਵੀ ਇਸੇ ਧਰਤੀ ਦੇ ਉੱਤੇ ਹੀ ਹਨ ਜੀ ਤੇ ਜੇ ਸਿੱਖ ਇਹ ਕਹਿ ਲਵੇ ਮਹਾਰਾਜ ਮੈਂ ਸਿੱਖ ਬਣਨਾ ਚਾਹੁੰਦਾ ਉਸ ਤੋਂ ਬਾਅਦ ਫਿਰ ਡੈਡੀਕੇਸ਼ਨ ਦੀ ਲੋੜ ਹੁੰਦੀ ਹੈ ਡੈਡੀਕੇਸ਼ਨ ਅਮਰਤ ਛਕਣਾ ਬਾਣੀ ਪੜਨੀ ਇਤਿਹਾਸ ਪੜਨਾ ਉਸ ਦੇ ਅਨੁਸਾਰ ਆਪਣੇ ਆਪ ਨੂੰ ਵੈਲਿਊਏਟ ਕਰਨਾ ਅੱਗੇ ਚੱਲਣ ਦੀ ਕੋਸ਼ਿਸ਼ ਕਰਨੀ ਸੰਗਤ ਜੀ ਆਪਾਂ ਸਾਰੇ ਇਸ ਗੁਰਸਿੱਖੀ ਦੇ ਮਾਰਗ ਦੇ ਪਾੰਧੀ ਹਾਂ ਆਪੋ ਆਪਣੇ ਥਾਂ ਤੇ ਚੱਲ ਰਹੇ ਹਾਂ ਅਸੀਂ ਇੱਕ ਦੂਜੇ ਨੂੰ ਐਨਾਲਾਈਜ਼ ਨਹੀਂ ਕਰਨਾ ਏਵੈਲਿਊਏਟ ਨਹੀਂ ਕਰਨਾ ਇਹ ਗੁਰੂ ਸਾਹਿਬ ਕਰਨਗੇ ਉਹ ਸਾਡੇ ਤੇ ਕਿਰਪਾ ਕਰਨਗੇ ਜ਼ਰੂਰ ਆਪ ਹੀ ਪੇਪਰ ਪਾਉਣਗੇ ਆਪ ਹੀ ਪਾਸ ਕਰਾਉਣਗੇ ਦੇਖੋ ਨਾ ਟੀਚਰ ਪੇਪਰ ਵੀ ਪਾਉਂਦਾ ਹੈ ਪਰ ਟੀਚਰ ਨੂੰ ਖੁਸ਼ੀ ਵੀ ਉਦੋਂ ਹੀ ਹੁੰਦੀ ਜਦੋਂ ਬੱਚਾ ਪਾਸ ਹੋ ਜਾਵੇ ਜੇ ਬੱਚਾ ਹੀ ਫੇਲ ਹੋ ਜਾਵੇ ਫਿਰ ਟੀਚਰ ਨੂੰ ਵੀ ਦੁੱਖ ਬਹੁਤ ਲੱਗਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਦੀ ਸਿੱਖੀ ਕੇਸਾਂ ਤੇ ਸੁਵਾਸਾਂ ਦੇ ਨਾਲ ਨਿਭ ਜਾਵੇ ਇੱਕ ਬੇਨਤੀ ਹੈ ਜੀ ਅੱਜ ਦੇ ਇਤਿਹਾਸ ਤੋਂ ਪਹਿਲਾਂ ਕੋਸ਼ਿਸ਼ ਕਰਨਾ ਜੇ ਇਕਾਗਰਤਾ ਨਾ ਬਣੀ ਨਾ ਤੇ ਅੱਜ ਦਾ ਇਤਿਹਾਸ ਸਮਝ ਨਹੀਂ ਆਏਗਾ ਕਿਸੇ ਨੂੰ ਤੇ ਜੇ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋਗੇ ਮਹਾਰਾਜ ਕਿਰਪਾ ਕਰਨ ਬਲ ਬਖਸ਼ਣ ਤਨ ਤਨ ਸਿਰਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਫਿਰ ਆਪ ਜੀ ਦੇ ਅੰਦਰ ਜ਼ਰੂਰ ਦਾਸ ਦਾ ਇਹ ਮੰਨਣਾ ਹੈ ਕੋਈ ਨਾ ਕੋਈ ਸਿੱਖੀ ਦਾ ਪ੍ਰੇਮ ਪੈਦਾ ਹੋ ਜਾਵੇਗਾ ਸੰਗਤ ਜੀ ਕੱਲ ਗੱਲ ਚੱਲੀ ਸੀ ਅਸੀਂ ਹੀ ਗੁਰਸਿੱਖਾਂ ਅਸੀਂ ਹੀ ਮਨਮੁਖ ਹੋ ਜਾਂਦੇ ਹਾਂ ਕਦੀ ਅਸੀਂ ਗੁਰੂ ਦੇ ਦਰ ਤੇ ਉਹਨੇ ਗੁਰਸਿੱਖਾਂ ਬਾਹਰ ਨਿਕਲਦੇ ਆਂ ਹੋਰ ਕੰਮ ਕਰਦੇ ਫਿਰਦੇ ਮਨਮੁਖ ਹੋ ਜਾਂਦੇ ਆਂ ਕਿੰਨਾ ਕਚਰਾ ਅਸੀਂ ਆਪਣੀ ਗੁਰਸਿੱਖੀ ਨਵਾ ਸਕਦੇ ਆਂ ਤੁਸੀਂ ਇਸ ਇੱਕ ਪਰਿਵਾਰ ਦੀ ਗੱਲ ਚੱਲਣੀ ਹੈ ਜੀ ਅੱਜ ਸਿਰਫ ਇੱਕ ਪਰਿਵਾਰ ਇੱਕ ਪਰਿਵਾਰ ਦੀ ਪੰਜ ਜਨਰੇਸ਼ਨਸ ਦੀ ਗੱਲ ਜੇ ਪੂਰਾ ਧਿਆਨ ਨਾਲ ਸੁਣੋਗੇ ਤਾਂ ਹੀ ਸਮਝ ਆਏਗਾ ਇੱਕ ਪਰਿਵਾਰ ਪੰਜ ਜਨਰੇਸ਼ਨਸ ਦੀ ਗੱਲ ਔਰ ਤੁਸੀਂ ਦੇਖਣਾ ਕਿ ਜੇ ਤੁਸੀਂ ਉਸ ਪਰਿਵਾਰ ਦਾ ਹਿੱਸਾ ਹੁੰਦੇ ਕਦੋਂਕ ਤੁਸੀਂ ਸਿੱਖੀ ਛੱਡ ਦਿੰਦੇ ਉਸ ਪਰਿਵਾਰ ਚ ਇਸ ਪਰਿਵਾਰ ਦੀ ਗੱਲ ਜਰੂਰ ਸੁਣਨੀ ਜੇ ਤੁਹਾਡੇ ਅੰਦਰ ਸਿੱਖੀ ਦਾ ਪ੍ਰੇਮ ਹੈ ਸੰਗਤ ਜੀ ਸਾਰੇ ਬੋਲੋ ਧੰਨ ਧੰਨ ਭਾਈ ਮਨੀ ਸਿੰਘ ਜੀ ਗੱਜ ਕੇ ਬੋਲੋ ਏ ਭਾਈ ਮਨੀ ਸਿੰਘ ਜੀ ਬਾਰੇ ਆਪ ਜੀ ਨੇ ਸੁਣਿਆ ਕੁਝ ਪੱਖ ਜਿਹੜੇ ਅੱਜ ਆਪ ਜੀ ਦੇ ਨਾਲ ਸਾਂਝੇ ਕਰਨੇ ਆ ਨਾ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੀ 5 ਜਨਰੇਸ਼ਨਸ ਦੀ ਹਿਸਟਰੀ ਹੈ ਕਿਸੇ ਨੂੰ ਪਤਾ ਹੈ ਜੀ ਭਾਈ ਮਨੀ ਸਿੰਘ ਜੀ ਦੇ ਜਿਹੜੇ ਪਰਿਵਾਰ ਦੇ ਵਿੱਚ ਹੈ ਕਿੰਨੇ ਕੁ ਸ਼ਹੀਦ ਹੋਏ ਹਨ ਕੋਈ ਦੱਸ ਸਕਦਾ ਹੈ ਜੀ ਹਾਂਜੀ ਬਸ ਜੀ ਲੰਗਰ ਚ ਕੀ ਬਣਿਆ ਹੈ ਪਤਾ ਸਾਰਿਆਂ ਨੂੰ ਕੀ ਸਿੱਖੀ ਲੰਗਰ ਛਕਣਾ ਹੈ ਮਾਰਾ ਨੇ ਐਨਾ ਕੁਝ ਬਖਸ਼ ਦਿੱਤਾ ਉਥੋਂ ਆਣ ਕੇ ਸਾਡੇ ਘਰਾਂ ਚ ਲਾਇਬ੍ਰੇਰੀਆਂ ਨਹੀਂ ਦੁੱਖ ਦੀ ਗੱਲ ਹੈ ਲਾਇਬ੍ਰੇਰੀਆਂ ਨਹੀਂ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਤੁਹਾਡੇ ਨੌਜਵਾਨ ਬੱਚਿਆਂ ਦੇ ਘਰਾਂ ਚ ਨਾਵਲ ਪਏ ਆ ਫਿਕਸ਼ਨ ਨਾਵਲ ਜਿੰਨੂੰ ਪੜ ਕੇ ਦਿਮਾਗੀ ਤੌਰ ਤੇ ਬਿਮਾਰ ਹੋਵੋਗੇ ਤੁਸੀਂ ਹੈਰਾਨੀ ਦੀ ਗੱਲ ਅਸੀਂ ਸ਼ਿਕਾਗੋ ਤੋਂ ਆਏ ਆ ਜੀ ਸ਼ਿਕਾਗੋ ਤੇ ਪਾਰਲੀਮੈਂਟ ਆਫ ਵਰਲਡਸ ਰਿਲੀਜੀਅਨਸ ਹੋ ਰਹੀ ਸੀ ਉਥੇ ਇੱਕ ਸਪੀਚ ਦਿੱਤੀ ਆ ਸਾਈਕੀਟ੍ਰਿਸਟ ਹੀ ਵਾਸ ਅ ਮੁਸਲਿਮ ਤੇ ਉਹਨੇ ਇਹ ਗੱਲ ਕੀਤੀ ਕਹਿੰਦਾ ਜਿਹੜਾ ਬੰਦਾ ਅੱਲਾ ਦੇ ਨਾਂ ਦੇ ਉੱਤੇ ਪਰਮੇਸ਼ਰ ਦੇ ਨਾਂ ਦੇ ਉੱਤੇ ਵਾਹਿਗੁਰੂ ਦੇ ਨਾਮ ਦੇ ਉੱਤੇ ਮੈਡੀਟੇਟ ਕਰਦਾ ਹੀ ਕੈਨ ਨਾਟ ਬੀ ਮੈਂਟਲੀ ਸਿਕ ਔਰ ਬਹੁਤੇ ਘਰਾਂ ਦੇ ਵਿੱਚ ਡਿਪਰੈਸ਼ਨ ਹੋਈ ਹੈ ਬੱਚਿਆਂ ਨੂੰ ਕਿਉਂਕਿ ਤੁਸੀਂ ਆਪਣੇ ਘਰੋਂ ਪੋਥੀਆਂ ਕੱਢ ਕੇ ਤੁਸੀਂ ਹੀ ਆਪਣੇ ਘਰਾਂ ਦੇ ਵਿੱਚ ਭਾਈ ਫਿਕਸ਼ਨ ਨੋਵਲਸ ਉਹਨਾਂ ਨੂੰ ਲਿਆ ਕੇ ਦਿੱਤੇ ਉਹ ਨਹੀਂ ਲੈ ਕੇ ਆਏ ਤੋ ਜਿ ਹੈਰੀ ਪਾਉਟਰ ਪੜਦੇ ਰਹਿ ਗਏ ਜਿਹੜਾ ਫੇਕ ਸੀਗਾ ਅੱਜ ਵੇਖਿਓ ਤੁਸੀਂ ਅੱਜ ਦੇਖਿਓ ਤੁਸੀਂ ਇਸ ਪਰਿਵਾਰ ਦੀ ਕਹਾਣੀ ਕੋਸ਼ਿਸ਼ ਕਰਾਂਗੇ ਛੇਤੀ ਆਪ ਜੀ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੀਏ ਸੰਗਤ ਜੀ ਇਹ ਪਰਿਵਾਰ ਹੈ ਅਲੀਪੁਰ ਹੈ ਮੁਜ਼ਫਰਗੜ੍ਹ ਇਹ ਕਹ ਹੈ ਜੀ ਮੁਜ਼ਫਰਗੜ੍ਹ ਪੈਂਦਾ ਹੈ ਮਲਤਾਨ ਦੇ ਲਾਗੇ ਮਲਤਾਨ ਹੈ ਪਾਕਿਸਤਾਨ ਦੇ ਵਿੱਚ ਜਿੱਥੇ ਕੀ ਜੀ ਜਾ ਕੇ ਪੰਜ ਦਰਿਆ ਇਕੱਠੇ ਹੋ ਜਾਂਦੇ ਨੇ ਨਾ ਪੰਜਾਬ ਦੇ ਉਹਦੇ ਲਾਗੇ ਮਲਤਾਨ ਬੜਾ ਫੇਮਸ ਸ਼ਹਿਰ ਹੈ ਉਹ ਵੀ ਪੰਜਾਂ ਦਰਿਆਵਾਂ ਤੋਂ ਪਾਰ ਅਲੀਪੁਰ ਹੈ ਮੁਜ਼ਫਰਗੜ ਜ਼ਿਲ੍ਹਾ ਉਹ ਪੈਂਦਾ ਹੈ ਉੱਥੇ ਇੱਕ ਪਰਿਵਾਰ ਰਹਿੰਦਾ ਹੈ ਵਣਜਾਰਾ ਪਰਿਵਾਰ ਹੈ ਉਹ ਹੈ ਭਾਈ ਬੱਲੂ ਉਹਨਾਂ ਦਾ ਨਾਮ ਭਾਈ ਬੱਲੂ ਉਸ ਵੇਲੇ ਵਣਜਾਰਾ ਪਰਿਵਾਰ ਸੀ ਬੜੇ ਬਲਦ ਟੱਗੇ ਉਹਨਾਂ ਕੋਲ ਹੁੰਦੇ ਸੀ ਜਿਹੜੇ ਵੱਡੇ ਵੱਡੇ ਕਾਫਲੇ ਲੈ ਕੇ ਚੱਲਦੇ ਸੀ ਔਰ ਉਸ ਵੇਲੇ ਦਾ ਰਾਜਾ ਜਿਹੜਾ ਸੀ ਮਹਾਰਾਜਾ ਬਾਦਸ਼ਾਹ ਅਕਬਰ ਸੀ ਉਹਦੇ ਨਾਲ ਉਹਨਾਂ ਦਾ ਬੈਂਡ ਖਲੋਣ ਸੀ ਅਮੀਰ ਪਰਿਵਾਰ ਸੀ ਉਹ ਪਰਿਵਾਰ ਭਾਈ ਬੱਲੂ ਪਹਿਲੀ ਵਾਰ ਧੰਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਦਰਸ਼ਨ ਕਰਨ ਆਏ ਗੁਰੂ ਸਾਹਿਬ ਜੀ ਦੇ ਹੋ ਕੇ ਰਹਿ ਗਏ ਸਮਾਂ ਚੱਲਦਾ ਗਿਆ 6ਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾ ਜੀ ਜਦੋਂ ਜੰਗਾਂ ਲੜਨੀਆਂ ਸ਼ੁਰੂ ਕੀਤੀਆਂ ਹਨ ਇਹ ਭਾਈ ਬੱਲੂ ਜੀ ਕੌਣ ਹਨ ਜੀ ਇਹ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਹਨ ਯਾਦ ਰੱਖੀ ਜਾਣਾ ਸਾਰਾ ਕੁਝ ਸੰਗਤ ਜੀ ਜਿਹੜੀ ਸੰਗਤ ਆ ਰਹੀ ਹੈ ਆਉਣ ਦੋ ਜਿਹੜੀ ਜਾ ਰਹੀ ਹੈ ਜਾਣ ਦੋ ਜੇ ਤੁਸੀਂ ਸਿੱਖਣ ਵਾਸਤੇ ਬੈਠੇ ਆ ਪਲੀਜ਼ ਕੀਪ ਫੋਕਸਡ ਅਸੀਂ ਹੈਰਾਨੀ ਦੀ ਗੱਲ ਤੁਹਾਨੂੰ ਦੱਸਦੇ ਪਿਛਲੇ ਸਾਲ ਯਾਤਰਾ ਕਰਦੇ ਪਹਿਲੇ ਪਾਤਸ਼ਾਹ ਜੀ ਦਾ ਸਥਾਨ ਲੱਭਦੇ ਲੱਭਦੇ ਅਸੀਂ ਤਾਮਿਲਨਾਡੂ ਗਏ ਉੱਥੇ ਨਾ ਉਸ ਵੇਲੇ ਚਰਚ ਦੇ ਵਿੱਚ ਸਰਵਿਸ ਚੱਲ ਰਹੀ ਸੀ ਚਰਚ ਦੇ ਵਿੱਚ ਜਦੋਂ ਉਹ ਉਪਦੇਸ਼ ਕਰ ਰਹੇ ਸੀ ਉਦੋਂ ਆਉਣਾ ਜਾਣਾ ਅਲਾਉਡ ਨਹੀਂ ਸੀ ਸਕੂਲ ਚ ਕਾਲਜ ਚ ਜਿੱਥੇ ਫੋਕਸਡ ਪੜਾਈ ਹੁੰਦੀ ਹੈ ਕਲਾਸ ਦੇ ਵਿੱਚ ਕੋਈ ਨਹੀਂ ਆ ਸਕਦਾ ਜਾ ਨਹੀਂ ਸਕਦਾ ਬਿਕੋਜ਼ ਇਫ ਯੂ ਕੀਪ ਔਨ ਡਿਸਟਰਬਿੰਗ देयर इज नो ਫੋਕਸ ਐਂਡ ਕਨਸੈਂਟਰੇਸ਼ਨ ਇਨ देयर ਅਸੀਂ ਕਦੀ ਨਹੀਂ ਕੁਝ ਕਰ ਸਕੇ ਅਸੀਂ ਅਸੀਂ ਇਹ ਕਹਿੰਦੇ ਰਹੇ ਸਿੱਖਾ ਸਿੱਖ ਕੀ ਹੁੰਦਾ ਜੀ ਜਿਹੜਾ ਸਿੱਖਦਾ ਰਹਿੰਦਾ ਐਕਚੁਅਲੀ ਵੀ ਆਰ ਨਾਟ ਫੋਕਸਡ ਔਨ ਲਰਨਿੰਗ ਜੇ ਲਰਨਿੰਗ ਹੁੰਦੀ ਸਾਡਾ ਕੋਈ ਤਰੀਕਾ ਹੁੰਦਾ ਅਸੀਂ ਗੁਰੂ ਕੀ ਹਜ਼ੂਰੀ ਚ ਆਉਣਾ ਕਦੋਂ ਹੈ ਉੱਠਣਾ ਕਦੋਂ ਹੈ ਬਹਿਣਾ ਹੈ ਕਦੋਂ ਅਸੀਂ ਤਾਂ ਇੱਕ ਚੌਂਕ ਬਣਾ ਲਿਆ ਮਾਫ ਕਰਨਾ ਮਾਫ ਕਰਨਾ ਗੁਰੂ ਸਾਹਿਬ ਮੈਨੂੰ ਮਾਫ ਕਰਦੇ ਹੋ ਤੁਸੀਂ ਸੰਗਤ ਜੀ ਤੁਸੀਂ ਵੀ ਮਾਫ ਕਰਦੇ ਹੋ ਬਸ ਆਉਣਾ ਹੈ ਘੁੰਮਣਾ ਹੈ ਤੇ ਚਲੇ ਜਾਣਾ ਹੈ ਇੱਥੇ ਤੇ ਵਾਰਨਾ ਸੀ ਆਪਣੇ ਆਪ ਨੂੰ ਇਸ ਪਰਿਵਾਰ ਦੀ ਗੱਲ ਸੁਣੋ ਦਿਲੋਂ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਜਦੋਂ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾਸ ਨੇ ਹੈਰਾਨ ਰਹਿ ਗਿਆ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝ ਪੈਣ ਲੱਗਾ तकरीबन 120 ਸਾਲ ਦਾ ਸਪੈਨ ਹੈ 120 ਸਾਲ ਦੇ ਸਪੈਨ ਦੇ ਵਿੱਚ ਸਿੱਖ ਕੌਮ ਦੀ ਤਕਰੀਬਨ ਜਿਹੜੀ ਵੀ ਲੜਾਈ ਹੋਈ ਇਸ ਪਰਿਵਾਰ ਦੇ ਵਿੱਚ ਉਹ লাশ ਕੋਈ ਨਾ ਕੋਈ ਜ਼ਰੂਰ ਆਉਂਦੀ ਰਹੀ ਇਸ ਪਰਿਵਾਰ ਦੇ ਵਿੱਚ ਤੁਸੀਂ ਆਪ ਸੋਚ ਲੈਣਾ ਤੁਸੀਂ ਆਪਾ ਕਿੰਨੇ ਕ ਦਿਨਾਂ ਨੂੰ ਅਸੀਂ ਸਿੱਖੀ ਛੱਡਾਂਗੇ ਤੇ ਇਸ ਪਰਿਵਾਰ ਨੇ ਕਿਦਾਂ ਨਿਭਾਈ ਸੀ ਭਾਈ ਬੱਲੂ ਜਦੋਂ ਪਹਿਲੀ ਜੰਗ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਛੇਵੇਂ ਪਾਤਸ਼ਾਹ ਜੀ ਦੀ ਉਦੋਂ ਉਹਦੇ ਵਿੱਚ ਭਾਈ ਬੱਲੂ ਸ਼ਹੀਦ ਹੋਏ ਹਨ ਔਰ ਉਹ ਭਾਈ ਬੱਲੂ ਜੀ ਦੀ ਉਮਰ ਸੀ 74 ইয়ার্স ਐਟ दैट ਟਾਈਮ 74 ਸਾਲ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਪਹਿਲੀ ਲੜਾਈ ਦੇ ਵਿੱਚ ਸ਼ਹੀਦ ਹੋ ਰਹੇ ਹਨ 6ਵੇਂ ਪਾਤਸ਼ਾਹ ਜੀ ਦੀ ਦੂਜੀ ਲੜਾਈ ਹੋਈ ਸ੍ਰੀ ਹਰਗੋਬਿੰਦਪੁਰ ਉੱਥੇ ਭਾਈ ਬੱਲੂ ਜੀ ਦੇ ਦੂਜੇ ਭਰਾ ਭਾਈ ਨਾਨੂ ਜੀ ਸ਼ਹੀਦ ਹੋ ਰਹੇ ਹਨ ਮੁੜ ਕੇ ਹੋਰ ਲੜਾਈਆਂ 'ਚ ਵੀ ਸ਼ਹੀਦ ਹੋਏ ਹਨ ਪਰ ਮੈਂ ਥੋੜੀ ਜੀ ਫੋਕਸਡ ਗੱਲ ਇਸ ਪਰਿਵਾਰ ਦੇ ਵਿੱਚ 58 ਸ਼ਹੀਦ ਹੋਏ ਹਨ 58 ਮੈਂ ਕੋਸ਼ਿਸ਼ ਕਰਨੀ ਹੈ ਐਟ ਲੀਸਟ ਅਸੀਂ 40 ਨੂੰ ਟੱਚ ਬੇਸ ਕਰੀਏ ਸਾਰੇ ਨਹੀਂ ਕਰ ਸਕਦੇ ਕਿਉਂਕਿ ਕਨਫਿਊਜ਼ਨ ਸਿਚੁਏਸ਼ਨ ਹੋ ਜਾਏਗੀ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਆਪਾਂ ਹੁਣ ਇਸ ਗੱਲ ਨੂੰ ਚੱਲੀਏ ਭਾਈ ਬੱਲੂ ਤੇ ਭਾਈ ਨਾਨੂ ਸ਼ਹੀਦ ਹੋ ਚੁੱਕੇ ਹਨ ਉਸ ਜਨਰੇਸ਼ਨ ਚੋਂ ਭਾਈ ਬੱਲੂ ਦੇ ਪੁੱਤਰ ਹਨ ਮਾਈ ਦਾਸ ਮਾਈ ਦਾਸ ਦੇ ਪੁੱਤਰ ਹਨ 12 12 ਪੁੱਤਰ ਹਨ ਜੀ ਉਹਨਾਂ ਦੇ ਵਿੱਚੋਂ ਇੱਕ ਹਨ ਭਾਈ ਮਨੀ ਸਿੰਘ ਜੀ 12 ਪੁੱਤਰਾਂ ਦੇ ਵਿੱਚੋਂ 11 ਪੁੱਤਰ ਸ਼ਹੀਦ ਹੋਏ ਹਨ ਤੁਸੀਂ ਬਾਅਦ ਚ ਦੱਸਾਂਗੇ ਕਿ 12ਵੇਂ ਦਾ ਕੀ ਬਣਿਆ ਉਹ ਹੁਣ ਤੁਸੀਂ ਇਤਿਹਾਸ ਸੁਣੋ ਸਿੱਖੀ ਚੱਲਦੀ ਪੰਜਵੇਂ ਪਾਤਸ਼ਾਹ ਤੋਂ 6ਵੇਂ 7ਵੇਂ 8ਵੇਂ 9ਵੇਂ ਪਾਤਸ਼ਾਹ ਦੇ ਸਮੇਂ ਜਦੋਂ ਆਏ ਨਾ ਤੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੁਣ ਪਹਿਲੀ ਜਨਰੇਸ਼ਨ ਸੀਗੀ ਆਪਾਂ ਗੱਲ ਕਰ ਲਈ ਸਾਈਂ ਦਾਸ ਜੀ ਹੁਣ ਆ ਗਈ ਤੀਜੀ ਜਨਰੇਸ਼ਨ ਇਹ ਭਾਈ ਮਨੀ ਸਿੰਘ ਜੀ ਦੀ ਜਨਰੇਸ਼ਨ ਆ ਵਿਸਥਾਰ ਹੋਣ ਲੱਗਾ ਏ 12 ਭਰਾ ਹਨ 12 ਦੀਆਂ ਸ਼ਹੀਦੀਆਂ ਕਿੱਦਾਂ ਹੋ ਰਹੀਆਂ ਆਪ ਜੀ ਨੇ ਦੇਖਣਾ ਪਹਿਲੇ ਇਹਨਾਂ ਦੇ ਭਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦਿੱਲੀ ਜਾ ਕੇ ਸ਼ਹੀਦ ਹੋਏ ਹਨ ਕੋਈ ਦੱਸ ਸਕਦਾ ਜੀ ਕੀ ਨਾ ਹੈ ਕੋਈ ਆਵਾਜ਼ ਨਹੀਂ ਕੋਈ ਆਵਾਜ਼ ਨਹੀਂ ਸੈਂਕੜਿਆਂ ਦੀ ਗਿਣਤੀ ਚ ਕੋਈ ਆਵਾਜ਼ ਨਹੀਂ ਭਾਈ ਦਿਆਲਾ ਜੀ ਦੇਗ ਦੇ ਵਿੱਚ ਉੱਭਲ ਕੇ ਸ਼ਹੀਦ ਹੋਣ ਵਾਲੇ ਭਾਈ ਮਨੀ ਸਿੰਘ ਜੀ ਦੇ 12 ਭਰਾਵਾਂ ਚੋਂ ਇੱਕ ਭਰਾ ਹਨ ਤੇ ਪਹਿਲੇ ਸ਼ਹੀਦ ਹਨ 12 ਦੇ ਵਿੱਚੋਂ ਸੰਗਤ ਜੀ ਇਹ 1675 ਦੀ ਗੱਲ ਹੈ ਔਰ ਆਪ ਜੀ ਦੇ ਨਾਲ ਸਾਂਝ ਕਰਦੇ ਜਾਣਾ ਜੀ ਨੋਟ ਕਰਦੇ ਜਾਣਾ ਭਾਈ ਦਿਆਲਾ ਜੀ ਆਪ ਜੀ ਨੂੰ ਪਤਾ ਹੈ ਸ਼ਹੀਦ ਹੋਏ ਦਿੱਲੀ ਔਰ ਉਹਨਾਂ ਦੇ ਦੋ ਪੁੱਤਰ ਵੀ ਬਾਅਦ ਵਿੱਚ ਸ਼ਹੀਦ ਹੋਏ ਹਨ ਜਿਹੜੇ ਆਨੰਦਪੁਰ ਸਾਹਿਬ ਦੀਆਂ ਲੜਾਈਆਂ ਦੇ ਵਿੱਚ ਇੱਕ ਕਲਿਆਣ ਸਿੰਘ ਤਾਰਾਗੜ ਇੱਕ ਮਥਰਾ ਸਿੰਘ ਨਰਮੋਹਗੜ੍ਹ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਹਨ ਸੋ ਇੱਕ ਭਰਾ ਦੀ ਗੱਲ ਹੋ ਗਈ ਜੀ 12 ਦੇ ਵਿੱਚ ਹੁਣ ਅੱਗੇ ਜਦੋਂ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਹਿਲੀ ਲੜਾਈ ਲੜੀ ਕਿਹੜੀ ਲੜਾਈ ਸੀ ਜੀ ਬੋਲ ਦਿਓ ਇਕ ਗਾਇਕਾ ਨੂੰ ਹੀ ਗਾਉਂਦੇ ਗਾਉਂਦੇ ਮਰ ਜਾਣਾ ਜੇ ਤੁਸੀਂ ਪਹਿਲੀ ਲੜਾਈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੰਗਾਣੀ ਦਾ ਜੁੱਧ ਹੈ ਪੰਗਾਣੀ ਦਾ ਜੁੱਧ ਹੈ ਪੰਗਾਣੀ ਦੇ ਜੁੱਧ ਵਿੱਚ ਜਦੋਂ ਲੜਾਈ ਹੋਈ ਤੇ ਭਾਈ ਮਨੀ ਸਿੰਘ ਜੀ ਦੇ ਇੱਕ ਭਰਾ ਭਾਈ ਹਠੀ ਚੰਦ ਜੀ ਪੰਗਾਣੀ ਦੇ ਜੁੱਧ ਵਿੱਚ ਸ਼ਹੀਦ ਹੁੰਦੇ ਹਨ ਸੰਗਤ ਜੀ ਤੁਸੀਂ ਨਾਂ ਨੋਟ ਕਰਨਾ ਅਜੇ ਸਿੰਘ ਨਹੀਂ ਲੱਗਦਾ ਕਿਉਂਕਿ ਸਾਰੀਆਂ 1699 ਤੋਂ ਪਹਿਲਾਂ ਦੀਆਂ ਜੰਗਾਂ ਹਨ ਇਹਨਾਂ ਦੇ ਵਿੱਚ ਅਜੇ ਸਿੰਘ ਨਾਮ ਨਹੀਂ ਲੱਗ ਰਿਹਾ ਪਹਿਲੇ ਸ਼ਹੀਦ ਭਾਈ ਦਿਆਲਾ ਜੀ ਦੂਜੇ ਹੋ ਗਏ ਭਾਈ ਹੱਠੀ ਚੰਦ ਜੀ ਜਿਹੜੇ ਪੰਗਾਣੀ ਦੇ ਜੁੱਧ ਵਿੱਚ ਸ਼ਹੀਦ ਹੋਏ ਤਾਂ ਤੀਜੇ ਉਸ ਤੋਂ ਹੀ ਅਗਲੀ ਲੜਾਈ ਜਿਹੜੀ ਹੋਈ ਉਹ ਹੈ ਕਲਗੀਧਰ ਪਿਤਾ ਜੀ ਦੀ ਦੂਜੀ ਲੜਾਈ ਨਦਾਉਣ ਦੀ ਤੇ ਨਦਾਉਣ ਦੇ ਵਿੱਚ ਹੀ ਭਾਈ ਮਨੀ ਸਿੰਘ ਜੀ ਦੇ ਤੀਜੇ ਭਰਾ ਭਾਈ ਸੋਹਣ ਚੰਦ ਜੀ ਸ਼ਹੀਦ ਹੋਏ ਹਰ ਜੰਗ ਹੋ ਰਹੀ ਹੈ ਹਰ ਜੰਗ ਦੇ ਵਿੱਚ ਇਸ ਪਰਿਵਾਰ ਦੀ ਕੋਈ ਨਾ ਕੋਈ ਅਰਥੀ ਉੱਠਦੀ ਹੈ ਸਾਨੂੰ ਤੇ ਗੁਰਦੁਆਰੇ ਆਣ ਕੇ ਕਿਤੇ ਦੋ ਚੀਜ਼ਾਂ ਦਾ ਮਿਲਣ ਤੇ ਅਸੀਂ ਅਗਲੇ ਦਿਨ ਕੁਐਸਚਨ ਕਰਨ ਲੱਗ ਪੈਂਦੇ ਆ ਸਿੱਖੀ ਮੈਨੂੰ ਮੈਸੇਜ ਆਇਆ ਲਿਖ ਕੇ ਹਜੇ ਵੀ ਮੇਰੀ ਇੰਸਟਾਗ੍ਰam 'ਚ ਪਿਆ ਹੈ ਭਾਈ ਸਾਹਿਬ ਜੀ ਪੰਜਾਬ ਸੀ ਗੁਰੂ ਸਾਹਿਬ ਮੇਰੀ ਗੱਲ ਸੁਣਦੇ ਸੀ ਜਦੋਂ ਦਾ ਮੈਂ ਇੱਥੇ ਆਇਆ ਹਾਂ ਟ੍ਰਾਂਟੋ ਤੋਂ ਆਇਆ ਸੀ ਮੈਸੇਜ ਮੈਨੂੰ ਲੱਗਦਾ ਮੇਰੀ ਗੁਰੂ ਸਾਹਿਬ ਗੱਲ ਨਹੀਂ ਸੁਣਦੇ ਹੁਣ ਮੇਰਾ ਸਿੱਖੀ 'ਚ ਚਿੱਤ ਨਹੀਂ ਲੱਗਦਾ ਲਾਹਨਤ ਹੈ ਤੇਰੇ ਦੇ ਉੱਤੇ ਸਿੱਖੀ ਲੈਣ ਵਾਸਤੇ ਹੀ ਐ ਬਸ ਸਿੱਖੀ ਲੈਣ ਵਾਸਤੇ ਹੀ ਐ ਬਸ ਸਿੱਖੀ ਦੇਣ ਵਾਸਤੇ ਸੀ ਆ ਦੇਖ ਤੇ ਸਹੀ ਕਿਦਾਂ ਵਾਰ ਰਹੇ ਆਪਣੇ ਆਪ ਨੂੰ ਕਿਉਂਕਿ ਅਸੀਂ ਇਤਿਹਾਸ ਨਹੀਂ ਪੜਿਆ ਲੋਕਾਂ ਵੱਲ ਵੇ ਵੇਖ ਕੇ ਮੂਰਖਤਾ ਵਾਲੀ ਸਿੱਖੀ ਅਪਣਾ ਲਈ ਜੋ ਲੋਕ ਜਿਉਂਦੇ ਹਨ ਉਹੀ ਸਿੱਖੀ ਮੇਰੀ ਨਹੀਂ ਸਿੱਖੀ ਗੁਰੂ ਕੀ ਸਿੱਖੀ ਗੁਰੂ ਕੇ ਸਿਖਾਂ ਦੀ ਹੁਣ ਇਹ ਵੇਖੋ ਤਿੰਨ ਭਰਾ ਸ਼ਹੀਦ ਹੋ ਚੁੱਕੇ ਹਨ ਸੰਗਤ ਜੀ ਫਿਰ ਉਸ ਤੋਂ ਅਗਲੀ ਲੜਾਈ ਹੋਈ ਗੁਲੇਰ ਦੀ ਜਿਹੜੀ ਹਿਮਾਚਲ ਪ੍ਰਦੇਸ਼ ਚ ਪੈਂਦਾ ਹੈ ਉਥੇ ਭਾਈ ਮਨੀ ਸਿੰਘ ਜੀ ਦੇ ਇੱਕ ਭਰਾ ਭਾਈ ਲਹਿਣਾ ਜੀ ਸ਼ਹੀਦ ਹੋਏ ਹਨ ਇਹ ਹੁਣ ਚਾਰ ਭਰਾ ਸ਼ਹੀਦ ਹੋ ਚੁੱਕੇ ਹਨ ਜੀ ਚਾਰ ਭਰਾ ਸ਼ਹੀਦ ਹੋ ਚੁੱਕੇ ਹਨ ਅਗੜੀ ਲੜਾਈ ਆਈ ਸਮਾਂ ਚੱਲਦਾ ਰਿਹਾ ਹੁਣ ਹੁਣ ਸੰਗਤ ਜੀ ਇਸ ਪਰਿਵਾਰ ਦੇ ਵਿੱਚ ਨਾ ਅਮਰਤ ਦੀ ਦਾਤ ਆਈ 1699 ਆ ਗਿਆ ਚਾਰ ਭਰਾ ਸ਼ਹੀਦ ਹੋ ਗਏ ਹਨ ਜੀ ਇੱਥੋਂ ਤੱਕ ਆਪ ਜੀ ਨੇ ਯਾਦ ਰੱਖਣਾ ਬਾਕੀ ਗੱਲ ਬਾਅਦ ਚ 1699 ਆ ਗਿਆ ਇਹ ਗੱਲ ਸਮਝ ਲਓ ਜੀ ਭਾਈ ਮਨੀ ਸਿੰਘ ਜੀ ਹੁਣ ਕਿੰਨੇ ਭਰਾ ਸੀਗੇ 12 ਭਰਾ 12 ਚੋਂ 11 ਸ਼ਹੀਦ ਹੋਏ ਆ ਅਜੇ ਅਸੀਂ ਸਿਰਫ ਚਾਰਾਂ ਦੀ ਗੱਲ ਕੀਤੀ ਐ 1699 ਆ ਗਿਆ ਹੁਣ ਭਾਈ ਮਨੀ ਸਿੰਘ ਜੀ 12 ਭਰਾ ਹਨ ਔਰ ਭਾਈ ਮਨੀ ਸਿੰਘ ਜੀ ਦੇ 10 ਪੁੱਤਰ ਹਨ ਆਪਣੇ ਭਾਈ ਮਨੀ ਸਿੰਘ ਦੇ ਕਿੰਨੇ ਪੁੱਤਰ ਹਨ 10 10 ਪੁੱਤਰ ਹਨ ਔਰ ਸੰਗਤ ਜੀ ਲੈਣ ਆ ਜੰਨੇ ਅਸੀਂ ਵੇਖਿਓ ਦੇਣਾ ਕਿਦਾਂ ਹੁੰਦਾ ਜਿਸ ਦਿਨ ਕਲਗੀ ਧਰਪਤਾ ਜੀ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਛਕਾਇਆ ਸੀ ਸਾਨੂੰ ਪਤਾ ਹੈ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਿਆ ਉਸ ਦਿਨ ਜਦੋਂ ਭਾਈ ਮਨੀ ਸਿੰਘ ਜੀ ਨੇ ਵੀ ਬਾਅਦ ਵਿੱਚ ਅੰਮ੍ਰਿਤ ਛਕਿਆ ਦਸਾਂ ਚੋਂ ਪੰਜ ਪੁੱਤਰ ਆਉਣ ਦਾ ਸਪੋਰਟ ਕਲਗੀ ਧਰਪਤਾ ਜੀ ਦੇ ਚਰਨਾਂ 'ਚ ਭੇਟ ਕਰ ਦਿੱਤੇ ਪੰਜ ਪੁੱਤਰ ਮਹਾਰਾਜ ਤੁਹਾਡੇ ਅੱਜ ਤੋਂ ਇਹ ਮੇਰੇ ਨਹੀਂ ਹੁਣ ਅੱਜ ਤੋਂ ਇਹ ਤੁਹਾਡੇ ਰਹਿ ਉਹਨਾਂ ਦਾ ਜ਼ਿਕਰ ਆਏਗਾ ਅੱਗੇ ਸੰਗਤ ਜੀ ਗੁਰੂ ਦੀ ਹਸਤੀ ਤੇ ਗੁਰਸਿੱਖਾਂ ਦੀ ਸਿੱਖੀ ਤੇ ਸਾਡੀ ਸਿੱਖੀ ਕੰਪੇਅਰ ਕਰਦੇ ਚੱਲਣਾ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਅਸੀਂ ਛੱਡ ਦੇਣੀ ਸੀ ਜਦੋਂ ਚਾਰ ਭਰਾ ਅਸ਼ੀਰਦ ਹੋ ਜਾਂਦੇ ਸ਼ਾਇਦ ਇੱਥੋਂ ਤੱਕ ਨਾ ਪਹੁੰਚਦੇ ਅਸੀਂ ਕੀ ਲੈਣਾ ਹੈ ਪ੍ਰਸ਼ਨ ਇਹ ਹੋਣਾ ਸੀ ਅਸੀਂ ਕੀ ਲੈਣਾ ਹੈ ਹੁਣ ਇਹ ਚਾਰ ਸ਼ੀਰਦ ਹੋ ਚੁੱਕੇ ਹੁਣ ਨੋਟਿਸ ਕਰਨਾ ਹੁਣ ਨਾਮਾ ਮਗਰ ਸਿੰਘ ਲੱਗਣਾ ਸ਼ੁਰੂ ਹੋ ਜਾਏਗਾ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤ ਛਕ ਲਿਆ ਉਹਨਾਂ ਦੇ ਭਰਾਵਾਂ ਨੇ ਸ਼ੱਕ ਲਿਆ ਪੁੱਤਰਾਂ ਨੇ ਸ਼ੱਕ ਲਿਆ ਇਸ ਪਰਿਵਾਰ ਦੇ ਵਿੱਚ ਸਿੱਖੀ ਚੱਲੀ ਆ ਰਹੀ ਹੈ ਪੰਜਵੇਂ ਪਾਤਸ਼ਾਹ ਤੋਂ ਹੁਣੇ ਅੰਮ੍ਰਿਤਧਾਰੀ ਹੋ ਗਏ ਹਨ ਸੰਗਤ ਜੀ ਹੁਣ ਜਦੋਂ ਚਮਕੌਰ ਦੀ ਜੰਗ ਹੋਈ ਸੀ ਨਾ ਚਮਕੌਰ ਦੀ ਜੰਗ ਉਹਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਇੱਕ ਭਰਾ ਹੁਣ ਪੰਜਵੇਂ ਸ਼ਹੀਦ ਹੋਣ ਲੱਗੇ ਜੀ ਭਾਈ ਦਾਨ ਸਿੰਘ ਜੀ ਸ਼ਹੀਦ ਹੋਏ ਹਨ ਚਮਕੌਰ ਦੀ ਜੰਗ ਦੇ ਵਿੱਚ ਔਰ ਹੈਰਾਨ ਰਹਿ ਜਾਓਗੇ ਉਹ ਬਾਬਾ ਜਜਾਹਰ ਸਿੰਘ ਜੀ ਦੇ ਜਥੇ ਦੇ ਵਿੱਚ ਸਨ ਜਦੋਂ ਬਾਬਾ ਜਜਾਹਰ ਸਿੰਘ ਜੀ ਗਏ ਸੀ ਜੰਗ ਲੜਨ ਉਹਨਾਂ ਦੇ ਨਾਲ ਭਾਈ ਦਾਨ ਸਿੰਘ ਜੀ ਇਹ ਭਾਈ ਮਨੀ ਸਿੰਘ ਜੀ ਦੇ ਹੀ ਇੱਕ ਭਰਾ ਹਨ ਇਹ ਪੰਜਵੇਂ ਸ਼ਹੀਦ ਹੋ ਗਏ ਸੰਗਤ ਜੀ ਹੁਣ ਗੱਲ ਅੱਗੇ ਚੱਲੇਗੀ ਪੰਜ ਸ਼ਹੀਦ ਹੋ ਗਏ ਭਰਾ ਸਮਾਂ ਚੱਲਿਆ ਜਦੋਂ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਛੱਡ ਕੇ ਅੱਗੇ ਚਲੇਗੀ ਚਮਕੌਰ ਤੋਂ ਬਾਅਦ ਕਿਹੜੀ ਜੰਗ ਹੋਈ ਹੈ ਜੀ ਇੱਕ ਹੀ ਰਹਿ ਗਈ ਐ ਐਕਟਰਾਂ ਦੇ ਨਾਂ ਗਿਣਦੇ ਰਹਿ ਗਏ ਐਕਟਰਾਂ ਦੇ ਨਾਂ ਗਿਣਦੇ ਰਹਿ ਗਏ ਗੁਰੂ ਨੇ ਚਿਹਰੇ ਨਹੀਂ ਵੇਖਣੇ ਗੁਰੂ ਨੇ ਫੈਸ਼ਨ ਨਹੀਂ ਵੇਖਣੇ ਗੁਰੂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਏ ਬੋਲੋ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਏ ਜੇ ਬਾਣੀ ਨਹੀਂ ਪੜਾਂਗੇ ਤਾਂ ਰਹਿਤ ਸਮਝ ਆ ਜਾਏਗੀ ਜੇ ਇਤਿਹਾਸ ਨਹੀਂ ਪੜਾਂਗੇ ਤਾਂ ਰਹਿਤ ਸਮਝ ਆ ਜਾਏਗੀ ਫਿਰ ਤੇ ਰਹਿਤ ਹੈ ਕਿ ਮੇਰਾ ਗਵਾਂਢੀ ਕੀ ਕਰਦਾ ਮੈਂ ਵੀ ਉਹ ਕਰਨਾ ਉਹੀ ਸਿੱਖੀ ਉਹ ਵੀ ਸਿੱਖ ਤੇ ਮੈਂ ਵੀ ਸਿੱਖ ਭਾਈ ਸੰਗਤ ਉਹਨਾਂ ਦੀ ਕਰੀਦੀ ਜਿਹੜੇ ਪਾਸ ਹੋ ਚੁੱਕੇ ਆ ਉਹਨਾਂ ਦੀ ਨਹੀਂ ਕਰੀਦੀ ਜਿਹੜੇ ਫੇਲ ਹੋ ਰਹੇ ਆ ਸੰਗਤ ਉਹਨਾਂ ਦੀ ਕਰੀਦੀ ਜਿਹੜੇ ਪਾਸ ਹੋ ਚੁੱਕੇ ਆਪਣੇ ਬੱਚੇ ਨੂੰ ਕਦੀ ਸੰਸੀਅਤ ਦਿੱਤੀ ਏ ਤੁਸੀਂ ਕਿ ਪੁੱਤਰ ਤੇ ਦੇ ਕਲਾਸ ਚ ਜਿਹੜਾ ਫੇਲ ਹੋਇਆ ਉਹਦੇ ਨਾਲ ਬੈਠਿਆ ਕਰ ਤੁਸੀਂ ਕਿਉਂ ਬੈਂਦੇ ਜੇ ਉਹਨਾਂ ਨਾਲ ਜਾ ਕੇ ਜੇ ਤੁਸੀਂ ਪਾਸ ਹੁਣਿਆਂ ਨਾਲ ਬੈਠੇ ਹੁੰਦੇ ਤੁਹਾਨੂੰ ਇਤਿਹਾਸ ਹੁੰਦਾ ਇੱਕ ਜੰਗ ਚਮਕੌਰ ਤੋਂ ਬਾਅਦ ਸਿਰਫ ਇੱਕ ਜੰਗ ਹੋਈ ਹੈ ਉਹ ਹੈ ਖਦਰਾਣੇ ਦੀ ਢਾ ਮੁਖਸਰ ਸਾਹਿਬ ਦੀ ਪੰਜ ਭਰਾ ਸ਼ਹੀਦ ਹੋ ਚੁੱਕੇ ਹਨ ਸੰਗਤ ਜੀ ਔਰ ਛੇਵੇਂ ਭਰਾ ਭਾਈ ਰਾਏ ਸਿੰਘ ਜੀ ਮੁਖਸਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਹਨ ਔਰ ਇਹ ਭਾਈ ਰਾਏ ਸਿੰਘ ਜੀ ਹੁਣ ਆ ਵੇਖੋ ਜੀ ਛੇਵੇਂ ਭਰਾ ਛੇਵੇਂ ਭਰਾ ਭਾਈ ਰਾਏ ਸਿੰਘ ਜੀ ਔਰ ਇਕੱਲੇ ਨਹੀਂ ਸ਼ਹੀਦ ਹੋਏ ਮੁਖਸਰ ਸਾਹਿਬ ਦੀ ਜੰਗ ਵਿੱਚ ਭਾਈ ਰਾਏ ਸਿੰਘ ਆਪ ਸ਼ਹੀਦ ਹੋਏ ਔਰ ਉਹਨਾਂ ਦੇ ਦੋ ਪੁੱਤਰ ਭਾਈ ਮਹਾ ਸਿੰਘ ਤੇ ਭਾਈ ਸੀਤਲ ਸਿੰਘ ਇਹ ਵੀ ਮੁਖਸਰ ਸਾਹਿਬ ਜੀ ਦੀ ਜੰਗ ਚ ਸ਼ਹੀਦ ਹੋ ਰਹੇ ਤਿੰਨ ਜਣੇ ਦੋ ਪੁੱਤਰ ਤੇ ਇੱਕ ਪਿਓ ਔਰ ਇਹੀ ਭਾਈ ਰਾਏ ਸਿੰਘ ਜੀ ਦੇ ਚਾਰ ਪੁੱਤਰ ਟੋਟਲ ਸ਼ਹੀਦ ਹੋਏ ਹਨ ਇੱਕ ਬਾਗ ਸਿੰਘ ਜੀ ਹੋਲਗੜ੍ਹ ਦੇ ਵਿੱਚ ਔਰ ਇੱਕ ਸੁਖਾ ਸਿੰਘ ਜੀ ਲੋਹਗੜ੍ਹ ਦੀ ਜੰਗ ਦੇ ਵਿੱਚ ਔਰ ਇਹ ਵੀ ਇੱਕ ਦਿਨ ਦੇ ਫਰਕ ਨਾਲ ਹੋਏ ਸੀ ਅੱਜ ਇਸ ਕਿਲੇ ਤੇ ਹਮਲਾ ਹੋਇਆ ਇੱਕ ਪੁੱਤਰ ਸ਼ਹੀਦ ਹੋ ਗਿਆ ਅਗਲੇ ਦਿਨ ਦੂਜੇ ਕਿਲੇ ਤੇ ਹਮਲਾ ਹੋਇਆ ਤੇ ਦੂਜਾ ਪੁੱਤਰ ਸ਼ਹੀਦ ਹੋ ਗਿਆ ਤਨ ਤਨ ਭਾਈ ਰਾਏ ਸਿੰਘ ਜੀ ਤਨ ਤਨ ਭਾਈ ਰਾਏ ਸਿੰਘ ਜੀ ਸ਼ੁਕਰ ਹੈ ਕਲਗੀਆਂ ਵਾਲਿਆ ਐਨਾ ਪਿਆਰ ਬਖਸ਼ ਦਿੱਤਾ ਤੂੰ ਇਹ ਚਾਰ ਚਾਰ ਪੁੱਤਰ ਵਾਰੀ ਜਾਂਦੇ ਆ ਇਹ ਹੁਣ ਇੱਕ ਇੱਕ ਜੰਮਦੇ ਉਹ ਵੀ ਕੇਸ ਕਟਾ ਲੈਂਦਾ ਕਿਉਂਕਿ ਆਪਣੇ ਪੱਲੇ ਕੁਝ ਨਹੀਂ ਹੈ ਕਹਿ ਦਿੰਦੇ ਕੀ ਕਰੀਏ ਉਹ ਨਹੀਂ ਆਖੇ ਲੱਗਦੇ ਤੂੰ ਆਖੇ ਲੱਗਾ ਸੀ ਕਲਗੀ ਧਰ ਦੇ ਜਿਹੜਾ ਤੇਰੇ ਉਹ ਆਖੇ ਲੱਗੇ ਤੂੰ ਗੁਰੂ ਦੇ ਆਖੇ ਲੱਗ ਤੂੰ ਪੁੱਤਰ ਛੱਡ ਤੇਰੀ ਤੇ ਸਾਰੀ ਦੁਨੀਆ ਤੇਰੇ ਆਖੇ ਲੱਗਣ ਨੂੰ ਤਿਆਰ ਹੋ ਗਈ ਛੇਵੇਂ ਭਰਾ ਭਾਈ ਮਨੀ ਸਿੰਘ ਜੀ ਦੇ ਭਾਈ ਰਾਏ ਸਿੰਘ ਜੀ ਸ਼ਹੀਦ ਹੋ ਚੁੱਕੇ ਹਨ ਸੰਗਤ ਜੀ ਜਦੋਂ ਕਲਗੀ ਧਰਜੀ ਚਮਕੌਰ ਛੱਡੀ ਸੀ ਨਾ ਉਦੋਂ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਗਏ ਸੀ ਪਿਆਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਤੇ ਨਾਲ ਇੱਕ ਸਿੱਖ ਨੂੰ ਹੋਰ ਲੈ ਕੇ ਗਏ ਸੀ ਭਾਈ ਮਾਨ ਸਿੰਘ ਨਿਸ਼ਾਨਚੀ ਇਹ ਹੁਣ ਸੱਤਵੇਂ ਸ਼ਹੀਦ ਹੋਣ ਲੱਗੇ ਹਨ ਇਸ ਪਰਿਵਾਰ ਚੋਂ ਭਾਈ ਮਾਨ ਸਿੰਘ ਨਿਸ਼ਾਨਚੀ ਚਤੌੜ ਚਤੌੜ ਦਾ ਕਿਲਾ ਬੜਾ ਫੇਮਸ ਹੈ ਤੁਸੀਂ ਸੁਣਿਆ ਹੋਵੇਗਾ 13 ਕਿਲੋਮੀਟਰ ਦਾ ਘੇਰਾ ਹੈ ਗੱਡੀ ਤੇ ਚੜ ਕੇ ਦੇਖਣਾ ਪੈਂਦਾ ਜੀ ਤੁਰ ਕੇ ਨਹੀਂ ਦੇਖ ਸਕਦੇ ਤੁਸੀਂ ਚਤੌੜ ਦਾ ਕਿਲਾ ਇੰਨਾ ਵੱਡਾ ਹੈ ਉਸ ਚਤੌੜ ਦੇ ਕਿਲੇ ਦੇ ਦਰਵਾਜੇ ਤੇ ਲੜਾਈ ਹੋਈ ਜਿਸ ਦੇ ਵਿੱਚ ਏ ਭਾਈ ਮਾਨ ਸਿੰਘ ਸ਼ਹੀਦ ਹੋਏ ਹੁਣ 7 ਭਰਾ ਸ਼ਹੀਦ ਹੋ ਚੁੱਕੇ ਹਨ 7 ਭਰਾ ਸ਼ਹੀਦ ਹੋ ਚੁੱਕੇ ਹਨ 8ਵੇਂ ਸ਼ਹੀਦ 8ਵੇਂ ਸ਼ਹੀਦ ਜਦੋਂ ਕਲਗੀਧਰ ਜੀ ਜਾ ਚੁੱਕੇ ਹਨ ਸਾਰਾ ਕੁਝ ਹੋ ਚੁੱਕਾ ਹੈ ਜੋਤੀ ਜੋ ਸਮਾ ਚੁੱਕੇ ਹਨ ਨਾ ਕਿਆ ਸੀ ਮੁਗਲਾਂ ਨੇ ਕਿ ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ ਉਦੋਂ ਉਦੋਂ ਨਾ ਇਹਨਾਂ ਦੇ ਪਰਿਵਾਰ ਦੇ ਜੀ ਉਥੇ ਅਲੀਗੜ੍ਹ ਰਹਿੰਦੇ ਮੁਲਤਾਨ ਦੇ ਲਾਗੋਂ ਉਥੋਂ ਇਹਨਾਂ ਦੇ ਦੋ ਭਰਾ ਭਾਈ ਜੇਠਾ ਜੀ ਤੇ ਭਾਈ ਰੂਪ ਸਿੰਘ ਜੀ ਉਹਨਾਂ ਦੋਹਾਂ ਨੂੰ ਫੜ ਲਿਆ ਆਪਣੇ ਬੱਚਿਆਂ ਦੇ ਸਮੇਤ ਔਰ ਸੰਗਤ ਜੀ 3 ਮਹੀਨੇ ਉਹਨਾਂ ਨੂੰ ਤਸੀਹੇ ਦਿੱਤੇ 3 ਮਹੀਨੇ ਤਿੰਨ ਮਹੀਨੇ ਤਸੀਹਿਆਂ ਤੋਂ ਬਾਅਦ ਚ ਉਹਨਾਂ ਸਿੱਖੀ ਨਹੀਂ ਛੱਡੀ ਇੱਥੇ ਇੱਕ ਮਹੀਨਾ ਕੋਈ ਚੀਜ਼ ਨਾ ਮਿਲੇ ਤੇ ਕਹਿੰਦਾ ਮੇਰਾ ਸਿੱਖ ਬਣਨ ਨੂੰ ਦਿਲ ਨਹੀਂ ਕਰਦਾ ਹੁਣ ਤਿੰਨ ਮਹੀਨੇ ਤਸੀਹਿਆਂ ਤੋਂ ਬਾਅਦ ਪਤਾ ਕਿਦਾਂ ਸ਼ਹੀਦ ਕੀਤਾ ਗਿਆ ਜਿਉਂਦੇ ਜੀ ਧਰਤੀ ਦੇ ਵਿੱਚ ਗੱਡ ਦਿੱਤਾ ਗਿਆ ਜਿਉਂਦੇ ਜੀ ਭਾਈ ਜੇਠਾ ਜੀ ਨੂੰ ਧਰਤੀ ਦੇ ਵਿੱਚ ਗੱਡ ਦਿੱਤਾ ਗਿਆ ਔਰ ਜਿਉਂਦੇ ਜੀ ਉਹਨਾਂ ਦੇ ਭਰਾ ਅੱਠਵੇਂ ਨੌਵੇਂ ਸ਼ਹੀਦ ਭਾਈ ਰੂਪ ਸਿੰਘ ਜੀ ਨੂੰ ਜਿਉਂਦੇ ਜੀ ਗੱਡ ਦਿੱਤਾ ਗਿਆ ਔਰ ਸੰਗਤ ਜੀ ਨਾਲ ਹੀ ਭਾਈ ਜੇਠਾ ਜੀ ਦਾ ਪੁੱਤਰ ਹਰੀ ਸਿੰਘ ਉਹ ਵੀ ਜੁੰਦਾ ਜੀ ਗੱਡ ਦਿੱਤਾ ਸੀ ਸੰਗਤ ਜੀ ਪ੍ਰੇਮ ਇਹਨੂੰ ਕਹਿੰਦੇ ਹਨ ਪ੍ਰੇਮ ਇਹ ਆ ਉਹ ਦੋ ਬਜ਼ੁਰਗ ਚਿੱਟੀ ਦਾੜੀ ਵਾਲੇ ਗੱਲਾਂ ਕਰਨਦੇ ਹੱਸਣਦੇ ਜੇ ਪਿੱਛੇ ਇਹਨਾਂ ਨੇ ਆਪਣੇ ਪੁੱਤਰੇ ਪੁੱਤਰੀਆਂ ਨੂੰ ਸਿਖਾਉਣਾ ਹੈ ਇਤਿਹਾਸ ਛੀਦਾ ਦੀ ਗੱਲ ਚੱਲਦੀ ਪਿੱਛੇ ਗੱਲਾਂ ਕਰਕੇ ਹੱਸਣਦੇ ਚਿੱਟੇ ਦਾੜੇ ਅਸੀਂ ਕੱਲ ਵੀ ਕਿਹਾ ਸੀ ਚਿੱਟੀਆਂ ਦਾੜੀਆਂ ਵਿੱਚ ਝੂਟੀਆਂ ਹੋ ਜਾਂਦੀਆਂ ਜੀ ਦਾੜੀ ਤੇ ਨਾ ਜਾਣਾ ਪ੍ਰੇਮ ਵੇਖ ਤੇਰੇ ਅੰਦਰ ਕੀ ਹੈ ਤੇਰੇ ਅੰਦਰੋਂ ਪਾਣੀ ਨਿਕਲਣਾ ਚਾਹੀਦਾ ਤੇ ਤੂੰ ਦੰਦ ਕੱਢ ਰਿਆ ਬੈਠ ਕੇ ਉਹ ਵੀ ਗੁਰੂ ਕੀ ਹਜ਼ੂਰੀ ਦੇ ਵਿੱਚ ਸਾਨੂੰ ਕਹੋਗੇ ਅਸੀਂ ਹੁਣੇ ਸਮਾਪਤੀ ਕਰ ਦਾਂਗੇ ਆਤਮਾ ਵੇਚਣ ਅਸੀਂ ਇੱਥੇ ਨਹੀਂ ਆਏ ਸਿਰਫ ਇੱਕ ਇੱਛਾ ਹੈ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰਸਨਾ ਕਲਗੀਆ ਵਾਲਾ ਜਗ ਪਾਵੇ ਸਾਰਾ ਰਸ ਜੇ ਮਹਾਰਾਜ ਕਿਰਪਾ ਕਰੇ ਬਸ ਕਲਗੀ ਧਰ ਪੈਤਾ ਤੁਸੀਂ ਹੱਥ 모ਡੇ ਤੇ ਰੱਖਿਓ ਤੁਸੀਂ ਸਿਰ ਤੇ ਰੱਖਿਓ ਬਸ ਹੋਰ ਸਾਨੂੰ ਚਾਹੀਦਾ ਕੀ ਹੈ ਇਹ ਉਹਨਾਂ ਪਰਵਾਨਿਆਂ ਦੀ ਗੱਲ ਕਰ ਰਹੇ ਜਿਹੜੇ ਇੱਕ ਦਿਨ ਕਲਗੀ ਧਰ ਦੇ ਦਰ ਤੇ ਆ ਕੇ ਮੁੜ ਕੇ ਨਹੀਂ ਮੁੜੇ ਆਪਣੇ ਆਪ ਨੂੰ ਵਾਰ ਦਿੱਤਾ ਸੰਗਤ ਜੀ 8 9 ਭਰਾਸ਼ੀ ਦੋ ਚੁੱਕੇ ਹਨ 12 ਚ ਔਰ ਸੰਗਤ ਜੀ ਦੋ ਭਰਾ ਜਿਹੜੇ ਇਕੱਠੇ ਸ਼ਹੀਦ ਹੋਏ ਹਨ ਭਾਈ ਮਨੀ ਸਿੰਘ ਜੀ ਤੇ ਇੱਕ ਭਰਾ ਹੋਰ ਉਹ ਬਾਅਦ ਚ ਗੱਲ ਕਰਾਂਗੇ ਠੀਕ ਹੈ ਜੀ ਨੌ ਭਰਾ ਸ਼ਹੀਦ ਹੋ ਗਏ ਦੋ ਭਰਾ ਭਾਈ ਮਨੀ ਸਿੰਘ ਜੀ ਤੇ ਇੱਕ ਭਰਾ ਹੋਰ ਸ਼ਹੀਦ ਹੋਣਾ 11 ਭਰਾ 12 ਚੋਂ ਸ਼ਹੀਦ ਹੋ ਗਏ ਠੀਕ ਹੈ ਜੀ ਹੁਣ ਇੱਕ ਭਰਾ ਨਹੀਂ ਸ਼ਹੀਦ ਹੋਇਆ ਜਦੋਂ ਇਤਿਹਾਸ ਪੜ੍ਹਦੇ ਹੀ ਨਾ ਉਦੋਂ ਸੋਚਦੇ ਮਹਾਰਾਜ ਐਨੀ ਕਿਰਪਾ ਕੀਤੀ ਤੁਸੀਂ ਇਸ ਪਰਿਵਾਰ ਦੇ ਉੱਤੇ ਸਾਡੀ ਕਿਰਪਾ ਕੀ ਹੈ ਜਿਹਦੇ ਕੋਲ ਜਾਣੇ ਕਹਿੰਦਾ ਜੀ ਮੇਰਾ ਬਿਜ਼ਨਸ ਬੜਾ ਵੱਡਾ ਬੜੀ ਕਿਰਪਾ ਹੈ ਗੁਰੂ ਦੀ ਇਹ ਕਿਰਪਾ ਹੁੰਦੀ ਐ ਤੇਰੇ ਬਿਜ਼ਨਸ ਨੇ ਤੇ ਤੇਰੇ ਘਰੋਂ ਸਿੱਖੀ ਬਾਹਰ ਕੱਢ ਦਿੱਤੀ ਤੂੰ ਕਹਿੰਦਾ ਕਿਰਪਾ ਐ ਮੇਰੀ ਮਤ ਬੋਰੀ ਮੈਂ ਰਾਮ ਬਸਾਰਿਆ ਮਤ ਪੁੱਠੀ ਪੈ ਗਈ ਉਸ ਕਿਰਪਾ ਕਿੰਨੂੰ ਗਿਣਨ ਲੱਗ ਪਿਆ ਪੈਸੇ ਜਾਦੇ ਆ ਗਏ ਘਰੇ ਪੋਤਰਾ ਮਾਂ ਜੀ ਕੋਈ ਸਿੱਖੀ ਨਹੀਂ ਪੁੱਤਰ ਨਹੀਂ ਜੀ ਗੁਰਦੁਆਰੇ ਜਾਂਦੇ ਨਹੀਂ ਜੀ ਬਾਣੀ ਪੜ੍ਹਦੇ ਨਹੀਂ ਜੀ ਇਤਿਹਾਸ ਨਾਲ ਕੋਈ ਸਾਂਝ ਨਹੀਂ ਜੀ ਪੰਜਾਬ ਨਾਲ ਕੋਈ ਸਾਂਝ ਨਹੀਂ ਜੀ ਤੇ ਕੀ ਕਿਰਪਾ ਐ ਬਸ ਪੈਸੇ ਇਹ ਨਾਲ ਲੈ ਜਾਣੇ ਜਿਹੜੀ ਕਿਰਪਾ ਗਿਣੀ ਫਿਰਦਾ ਕਿਰਪਾ ਆ ਹੁੰਦੀ ਐ 12 ਚੋਂ 11 ਭਰਾ ਸ਼ਹੀਦ ਹੋਏ ਕਸੀ ਇਤਿਹਾਸ ਪੜਿਆ ਮਨ ਚ ਆਇਆ ਮਹਾਰਾਜ 12 ਦੇ 12 ਹੀ ਸ਼ਹੀਦ ਹੋ ਜਾਂਦੇ ਕਿੰਨੀ ਹੋਰ ਕਿਰਪਾ ਹੋਣੀ ਉਹਨਾਂ ਦੀ ਅਸੀਂ ਤਾਂ ਸ਼ਹੀਦ ਨਹੀਂ ਹੋ ਸਕਦੇ ਪਰ ਇਤਿਹਾਸ ਤੋਂ ਤੇ ਅਸੀਂ ਸਿੱਖਣਾ ਉਹਨਾਂ ਤੋਂ ਸੰਗਤ ਜੀ 12ਵਾਂ ਭਰਾ ਅਮਰਚੰਦ ਪਤਾ ਕਿਉਂ ਨਹੀਂ ਸ਼ਹੀਦ ਹੋਇਆ ਉਹ ਬਚਪਨ ਦੀ ਚੜਾਈ ਕਰ ਗਿਆ ਸੀ 11 ਹੀ ਜਿਉਂਦੇ ਰਹੇ ਜਵਾਨੀ ਤੱਕ ਤੇ 11 ਨੇ ਜਵਾਨੀ ਆਪਣੇ ਗੁਰੂ ਤੋਂ ਵਾਰ ਦਿੱਤੀ ਬੋਲੋ ਧੰਨ ਧੰਨ ਭਾਈ ਮਨੀ ਸਿੰਘ ਇਹ ਤੀਜੀ ਜਨਰੇਸ਼ਨ ਹੋ ਗਈ ਪਹਿਲੀ ਸੀ ਭਾਈ ਬੱਲੂ ਜੀ ਭਾਈ ਮਾਈਦਾਸ ਜੀ ਆ ਤੀਜੀ ਜਨਰੇਸ਼ਨ ਹੋ ਗਈ ਹੁਣ ਇਹਨਾਂ ਦੇ ਪੁੱਤਰਾਂ ਦੀ ਗੱਲ ਚੱਲਣੀ ਹੈ ਆਪ ਜੀ ਨੇ ਬਹੁਤ ਗੌਰ ਦੇ ਨਾਲ ਸੁਣਨਾ ਕਿ ਇਸ ਔਰ ਮੈਂ ਆਪ ਜੀ ਨੂੰ ਇੱਕ ਗੱਲ ਇੱਥੇ ਹੋਰ ਜ਼ਿਕਰ ਕਰ ਦਵਾਂ ਅੱਗੇ ਜਾ ਕੇ ਜ਼ਿਕਰ ਆਏਗਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਔਰ ਉਹਨਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਸਾਰੇ ਹੀ ਭਰਾ ਸ਼ਹੀਦ ਹੋ ਚੁੱਕੇ ਹਨ ਉਹ ਆਪਣੇ ਭਰਾਵਾਂ ਚੋਂ ਅਖੀਰਲੇ ਸਨ ਪਰਿਵਾਰ ਦੇ ਵਿੱਚ ਫੇਰ ਵੀ ਵੇਖੋ ਬੰਦ-ਬੰਦ ਕਟਾਇਆ ਹੈ ਫੇਰ ਵੀ ਬੰਦ-ਬੰਦ ਕਟਾਇਆ ਹੈ ਹੁਣ ਉਹਨਾਂ ਦੇ ਪੁੱਤਰਾਂ ਦੀ ਗੱਲ ਕਰੀਏ 10 ਪੁੱਤਰ ਹਨ ਸੰਗਤ ਜੀ ਦੇ 10 ਪੁੱਤਰ ਪਹਿਲਾ ਪੁੱਤਰ ਉਹਨਾਂ ਦਾ ਨਾਂ ਆਨੰਦਪੁਰ ਸਾਹਿਬ 'ਚ ਸ਼ਹੀਦ ਹੋਇਆ ਸੀ ਉਹਦਾ ਨਾਂ ਹੀ ਭਗਵਾਨ ਸਿੰਘ 10ਾਂ 'ਚੋਂ 8 ਪੁੱਤਰ ਸ਼ਹੀਦ ਹੋਏ ਹਨ ਭਗਵਾਨ ਸਿੰਘ ਫਤਿਹਗੜ੍ਹ ਸਾਹਿਬ ਕਿਲਾ ਹੈ ਜੀ ਆਨੰਦਪੁਰ ਸਾਹਿਬ ਉਸ ਕਿਲੇ 'ਚ ਸ਼ਹੀਦ ਹੋ ਗਿਆ ਸੀ ਪਹਿਲਾ ਪੁੱਤਰ ਤੁਹਾਨੂੰ ਦੱਸਿਆ ਸੀ 5 ਪੁੱਤਰ ਮਹਾਰਾਜ ਦੇ ਪੇਟ ਕਰ ਦਿੱਤੇ ਸੀ 5 ਪੁੱਤਰਾਂ ਦੇ ਨਾਂ ਕੀ ਸੀ ਜੀ ਭਾਈ ਉਦੇਸ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਅਨਕ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜਾਇਬ ਸਿੰਘ ਜੀ ਇਹ ਪੰਜ ਪੁੱਤਰ ਕਲਗੀਧਰ ਜੀ ਨੂੰ ਅੰਮ੍ਰਿਤ ਛਕਾਉਣ ਵਾਲੇ ਦਿਨ ਭੇਟ ਕਰ ਦਿੱਤੇ ਸੀ ਠੀਕ ਹੈ ਜੀ ਹੁਣ ਕਲਗੀਧਰ ਪਿਤਾ ਇਸ ਪਰਿਵਾਰ ਤੇ ਇੰਨੇ ਖੁਸ਼ ਸਨ ਇੰਨੇ ਖੁਸ਼ ਸਨ ਸੰਗਤ ਜੀ ਕਿ ਕਲਗੀਧਰ ਜੀ ਨੇ ਇੱਕ ਹੁਕਮਨਾਮਾ ਲਿਖਿਆ ਸੀ 2 ਅਕਤੂਬਰ 1703 ਨੂੰ ਸਤਗੁਰ ਜੀ ਕੀ ਆਗਿਆ ਹੈ ਭਾਈ ਬਚਿੱਤਰ ਸਿੰਘ ਜੀ ਭਾਈ ਉਦੇਸ ਸਿੰਘ ਜੀ ਭਾਈ ਅਨਕ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜਾਇਬ ਸਿੰਘ ਜੀ ਨਾਇਕ ਮਾਈ ਦਾਸ ਵੋਏ ਮਨੀ ਸਿੰਘ ਨੂੰ ਵਾਹਿਦ ਨੂੰ ਸ਼ਰਨ ਰੱਖੇਗਾ ਤੁਸੀਂ ਮੇਰੇ ਫਰਜੰਦ ਖਾਨੇ ਜਾ ਦੋ ਕਹਿੰਦੇ ਤੁਸੀਂ ਮੇਰੇ ਪੁੱਤਰ ਇਹੀ ਤੇ ਅਸੀਂ ਚਾਹੁੰਦੇ ਆ ਹਾ ਤੁਮਰੀ ਕਰੋ ਨਿਤਿਆਸ ਪ੍ਰਭ ਮੋਹੇ ਕਬ ਗਲ ਲਾਵਾਂਗੇ ਅਸੀਂ ਤੇ ਕਹਿੰਦੇ ਨਾ ਕਿਤੇ ਮਰਜੀ ਹੈ ਮਹਾਰਾਜ ਮੈਂ ਸੇਖਾਂ ਮੈਂ ਸੇਖਾਂ ਇੱਕ ਦਿਨ ਆ ਜਾਵੇ ਜਿਉਂਦਿਆਂ ਜੀ ਕਲਗੀਧਰ ਜੀ ਤੁਸੀਂ ਸਾਨੂੰ ਸੀਨੇ ਨਾਲ ਆ ਕੇ ਕਹਿ ਦਵੋ ਇਹ ਮੇਰਾ ਸੇਖਾ ਹੈ ਇਹ ਮੇਰਾ ਸੇਖਾ ਹੈ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਤੁਸੀਂ ਮੇਰੇ ਫਰਜੰਦ ਖਾਨੇ ਜਾਦ ਹੋ ਤੁਸਾਂ ਹੀ ਉੱਪਰ ਮੇਰੀ ਖੁਸ਼ੀ ਹੈ ਸਭ ਵਰਤਾਰੇ ਕੇ ਤੁਸੀਂ ਮਹਿਰਮ ਹੋ ਹੋਰ ਕੌਡੀ ਦਮੜੀ ਪੈਸਾ ਥੇਲਾ ਰੁਪਈਆ ਰੱਛਿਆ ਦਾ ਜੋ ਆਸਾਨ ਦੇਗਾ ਇਹ ਮੇਰੇ ਫਰਜੰਦ ਹਨ ਇਹਦੇ ਜਿਹੜਾ ਇਹਨਾਂ ਮੇਰੇ ਪੁੱਤਰਾਂ ਨੂੰ ਕੋਈ ਮਾਇਆ ਦੇਗਾ ਮੇਰੇ ਕੋਲ ਪਹੁੰਚੇਗਾ ਸਿੱਖਾਂ ਪੁੱਤਾਂ ਸੇਵਾ ਦਾ ਵੇਲਾ ਹੈ ਜੋ ਲੋਚ ਕੇ ਸੇਵਾ ਕਰੋਗੀ ਤੂੰ ਸਾਡੇ ਦਰਗਾਹੇ ਪਰਵਾਨ ਪਵੇਗੀ ਦਰਗਾਹੇ ਥਾਨ ਪਠਾਏ ਪਵੇਗੀ ਤੁਸੀਂ ਉੱਪਰ ਵਾਹਿਗੁਰੂ ਰੱਖਿਆ ਕਰੇਗਾ ਇਹ ਹੈ ਜੀ ਇਸ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਕਿੰਨਾ ਪਿਆਰ ਬਖਸ਼ਿਆ ਹੁਣ ਯਾਦ ਰੱਖਣਾ ਇੱਕ ਪੁੱਤਰ ਭਾਈ ਮਨੀ ਸਿੰਘ ਜੀ ਦਾ ਸ਼ਹੀਦ ਹੋ ਚੁੱਕਾ ਹੈ ਦਸਾਂ ਚ ਇੱਕ ਪੁੱਤਰ ਹੁਣ ਜਦੋਂ ਜੰਗ ਹੋਈ ਸੀ ਲੋਹਗੜ ਦੇ ਕਿਲੇ ਦੀ ਜਦੋਂ ਹਾਥੀ ਨੂੰ ਸ਼ਰਾਬਾਂ ਪਿਆ ਕੇ ਲਿਆਂਦਾ ਗਿਆ ਸੀ ਤੇਗਾਂ ਬੰਨੀਆਂ ਗਈਆਂ ਸੀ ਤੇ ਜਦੋਂ ਕੇਸਰੀ ਚੰਦ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਦਾ ਸਿਰ ਮੈਂ ਵੱਢ ਕੇ ਲਿਆਵਾਂਗਾ ਉਦੋਂ ਭਾਈ ਮਨੀ ਸਿੰਘ ਆਪ ਜੰਗ 'ਚ ਗਏ ਭਾਈ ਮਨੀ ਸਿੰਘ ਜੀ ਦੇ ਪੁੱਤਰ ਉਦੇ ਸਿੰਘ ਜੀ ਜੰਗ 'ਚ ਗਏ ਭਾਈ ਮਨੀ ਸਿੰਘ ਜੀ ਦੇ ਪੁੱਤਰ ਭਾਈ ਬਚਿੱਤਰ ਸਿੰਘ ਜੀ ਜੰਗ 'ਚ ਗਏ ਔਰ ਭਾਈ ਬਚਿੱਤਰ ਸਿੰਘ ਜੀ ਨੇ ਉਸ ਹਾਥੀ ਦੇ ਮੱਥੇ ਦੇ ਵਿੱਚ ਨਾਗਨੀ ਮਾਰੀ ਸੀ ਉਹ ਨਾਗਨੀ ਜਿਹਦਾ ਨਾਗਫਨ ਅੱਜ ਵੀ 2 ਫੁੱਟ 9 ਇੰਚ ਲੰਮਾ ਹੈ ਔਰ ਤਖਤ ਸ੍ਰੀ ਕੇਸਗੜ ਸਾਹਿਬ ਤੇ ਤੁਸੀਂ ਦਰਸ਼ਨ ਕਰਦੇ ਹੋ ਹਾਥੀ ਮਾਰ ਭਜਾਇਆ ਸੀ ਭਾਈ ਬਚਿੱਤਰ ਸਿੰਘ ਜੀ ਨੇ ਉਸੇ ਜੁੱਧ ਦੇ ਵਿੱਚ ਭਾਈ ਉਦੇ ਸਿੰਘ ਜੀ ਨੇ ਖੰਡੇ ਦੇ ਨਾਲ ਇਹਦਾ ਪਾਪੀ ਦਾ ਕੇਸਰੀ ਚੰਦ ਦਾ ਸਿਰ ਵਢਿਆ ਸੀ ਬਿਜਲੀ ਦੀ ਫੁਰਤੀ ਦੇ ਨਾਲ ਉਹੋ ਹੀ ਸਿਰ ਕਰਪੇ ਵਰਸ਼ੇ ਦੇ ਉੱਤੇ ਟੰਗਿਆ ਸੀ ਕਰਪਾ ਵਰਸ਼ਾ ਅੱਜ ਵੀ ਤੁਸੀਂ ਕੇਸਗੜ ਸਾਹਿਬ ਦਰਸ਼ਨ ਕਰ ਸਕਦੇ ਹੋ ਜਦੋਂ ਘੋੜਾ ਧੜਾ ਕੇ ਸਿਰ ਕੇਸਰੀ ਚੰਦ ਦਾ ਗੁਰੂ ਸਾਹਿਬਾ ਲੈ ਕੇ ਜਾ ਰਹੇ ਹਨ ਦੁਸ਼ਮਣ ਨੇ ਗੋਲੀਆਂ ਚਲਾਈਆਂ ਭਾਈ ਉਹਦੇ ਸਿੰਘ ਜੀ ਦੇ ਕੋਈ ਨਹੀਂ ਲੱਗੀ ਪਰ ਜਿਹੜਾ ਉਹ ਵਰਸ਼ਾ ਸੀ ਉਹਦੇ ਥੱਲੇ ਇੱਕ ਗੋਲ ਮੋਠ ਵਾਲਾ ਹੱਥਾ ਹੈ ਉਹਦੇ ਉੱਤੇ ਗੋਲੀ ਲੱਗੀ ਹੋਈ ਹੈ ਤੇ ਜਿਹੜਾ ਉਤਰਫਾਲ ਹੈ ਜਿਹਦੇ ਉੱਤੇ ਸਿਰ ਟੰਗਿਆ ਸੀ ਉਹਦਾ ਉਹਦੇ ਉੱਤੇ ਵੀ ਗੋਲੀ ਲੱਗੀ ਹੈ ਕੇਸਗੜ ਸਾਹਿਬ ਜਾਹੋਗੇ ਅਗਲੀ ਵਾਰ ਦਰਸ਼ਨ ਕਰਕੇ ਆਉਣਾ ਜਦੋਂ ਕਲਗੀਧਰ ਜੀ ਨੇ ਬਾਅਦ ਵਿੱਚ ਆਨੰਦਪੁਰ ਸਾਹਿਬ ਛੱਡਿਆ ਸੰਗਤ ਜੀ ਉਦੋਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸਾਰੇ ਇਹ ਚੱਲੇ ਹਨ ਜਦੋਂ ਛੱਡਿਆ ਨਾ ਆਨੰਦਪੁਰ ਸਾਹਿਬ ਤੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਪਿੱਛੇ ਸੀ ਕਾਫਲਾ ਅੱਗੇ ਚੱਲ ਰਿਹਾ ਸੀ ਬਾਬਾ ਅਜੀਤ ਸਿੰਘ ਜੀ ਘੇਰੇ ਚ ਆ ਗਏ ਤਲਗੀਤਰ ਪਿਤਾ ਜੀ ਨੇ ਉਦੋਂ ਭਾਈ ਉਦੇ ਸਿੰਘ ਜੀ ਜਿਹੜੇ ਪੁੱਤਰ ਹਨ ਭਾਈ ਮਨੀ ਸਿੰਘ ਜੀ ਦੇ ਉਹਨਾਂ ਨੂੰ ਭੇਜਿਆ ਨਾਲ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਨੂੰ ਭੇਜਿਆ ਕਹਿੰਦੇ ਤੁਸੀਂ ਜਾਓ ਤੇ ਸਹਿਬਜ਼ਾਦਾ ਜੀ ਨੂੰ ਅੱਗੇ ਲੈ ਕੇ ਆਓ ਇਹ ਦੋਵੇਂ ਸੂਰਬੀਰ ਗਏ ਭਾਈ ਜੀਵਨ ਸਿੰਘ ਜੀ ਸਾਹਿਬ ਜਦਾ ਜਿਹਨੂੰ ਲੈ ਕੇ ਅੱਗੇ ਆਗੇ ਕਲਗੀਧਰ ਪਿਤਾ ਕੋਲ ਔਰ ਭਾਈ ਉਦੇ ਸਿੰਘ ਜੀ ਨੇ ਉੱਥੇ ਜੰਗ ਲੜੀ ਰਾਤ ਦੇ ਸਮੇਂ ਵਿੱਚ ਸਾਢੇ 4 ਘੰਟੇ ਇਸ ਸੂਰਮੇ ਨੇ ਮੁਗਲ ਫੌਜ ਨੂੰ ਖਿਲਾਰ ਕੇ ਰੱਖਿਆ ਹੈਰੀ ਪੌਟਰ ਪੜ ਪੜ ਕੇ ਆਪ ਵੀ ਬਿਮਾਰ ਹੋ ਗਏ ਆਪਣੇ ਧੀਆਂ ਪੁੱਤਰ ਵੀ ਬਿਮਾਰ ਕਰ ਲਏ ਤੁਸੀਂ ਇੱਕ ਫਿਕਸ਼ਨ ਲਿਖ ਦਿੱਤੀ ਉਹਨੂੰ ਪੜ੍ਹ ਕੇ ਤੁਸੀਂ ਵੀ ਪਾਗਲ ਹੋ ਗਏ ਪਰਿਵਾਰ ਬੱਚੇ ਆਂਦਾ ਵੀ ਨੁਕਸਾਨ ਕਰ ਲਿਆ ਇਹਨਾਂ ਸੂਰਮਿਆਂ ਦੀ ਗੱਲ ਕੌਣ ਕਰੇਗਾ ਜਿਹੜੇ ਰਾਤ ਦੇ ਹਨੇਰੇ ਵਿੱਚ ਇੰਨੀ ਤੇਜ਼ ਤੀਰ ਚਲਾਉਂਦੇ ਹਨ ਕਿ ਦੁਸ਼ਮਣਾਂ ਦੇ ਆਹੂ ਲਾਲਾ ਸੁੱਟੇ ਜਾਂਦੇ ਸਾਢੇ 4 ਘੰਟੇ ਰਾਤ ਦੇ ਹਨੇਰੇ ਦੇ ਵਿੱਚ ਕੀਰਤਪੁਰ ਸਾਹਿਬ ਤੋਂ ਥੋੜੀ ਅੱਗੇ ਜਾ ਕੇ ਉੱਥੇ ਭਾਈ ਉਦੇ ਸਿੰਘ ਜੀ ਨੇ ਸ਼ਹੀਦੀ ਪਾਈ ਹੈ ਥੋੜੀ ਅੱਗੇ ਚੱਲੇ ਪਰਿਵਾਰ ਵਿਛੋੜਾ ਹੋਇਆ ਸਰਸਾ ਪਾਰ ਕੀਤੀ ਸਰਸਾ ਪਾਰ ਕਰਦਿਆਂ ਕਰਦਿਆਂ ਅੱਗੇ ਪਿੰਡ ਆਉਂਦਾ ਹੈ ਮਲਕਪੁਰ ਰੰਗੜਾ ਉੱਥੇ ਰੰਗੜਾ ਨੇ ਅੱਗੋਂ ਹਮਲਾ ਕੀਤਾ ਉੱਥੇ ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇੰਨੇ ਕਿ ਬੇਹੋਸ਼ ਹੋ ਗਏ ਜਿਹਨੂੰ ਕਹ ਲਈਏ ਕੋਮਾ 'ਚ ਚਲੇ ਗਏ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਲੈ ਕੇ ਗਏ ਉਹਨਾਂ ਨੂੰ ਤੇ ਰੋਪੜ ਕੋਟਲਾ ਨਿਹੰਗ ਖਾਂ ਉਹ ਇਤਿਹਾਸ ਹੁਣ ਸੀ ਟੱਚ ਨਹੀਂ ਕਰਨਾ ਪਰ ਉੱਥੇ ਉਹ ਬੇਹੋਸ਼ ਰਹਿ ਕੇ ਹੀ ਅਗਲੇ ਦਿਨ ਸਰੀਰ ਛੱਡ ਗਏ ਸਨ ਤਨਤਨ ਭਾਈ ਬਚਿੱਤਰ ਸਿੰਘ ਜੀ ਹੁਣ ਤਿੰਨ ਪੁੱਤਰ ਸ਼ਹੀਦ ਹੋ ਚੁੱਕੇ ਹਨ ਭਗਵਾਨ ਸਿੰਘ ਜੀ ਉਦੇ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਸੰਗਤ ਜੀ ਜਦੋਂ ਚਮਕੌਰ ਦੀ ਗੜੀ ਪਹੁੰਚੇ ਕਲਗੀਧਰ ਪਿਤਾ ਤੇ ਚਮਕੌਰ ਦੀ ਗੜੀ 'ਚ ਮੈਂ ਇੱਕ ਗੱਲ ਹੋਰ ਆਪ ਜੀ ਦੇ ਨਾਲ ਸਾਂਝ ਕਰ ਲਈਏ ਫਿਰ ਚੇਤਾ ਭੁੱਲ ਜਾਣਾ ਭਾਈ ਉਦੇ ਸਿੰਘ ਜੀ ਦੀ ਸ਼ਹੀਦ ਦੀ ਗੱਲ ਹੋ ਗਈ ਪਰ ਆਪ ਜੀ ਨੂੰ ਦੱਸਿਏ ਭਾਈ ਉਦੇ ਸਿੰਘ ਜੀ ਦੇ ਆਪਣੇ 7 ਪੁੱਤਰ ਸਨ ਔਰ 7ਾਂ ਚੋਂ 5 ਸ਼ਹੀਦ ਹੋਏ ਹਨ 7ਾਂ ਚੋਂ 5 ਸ਼ਹੀਦ ਹੋਏ ਹਨ ਇੱਕ ਮਹਿਬੂਬ ਸਿੰਘ ਚੱਪੜਚੀੜੀ ਚ ਇੱਕ ਫਤਿਹ ਸਿੰਘ ਚੱਪੜਚੀੜੀ ਚ ਇੱਕ ਬਾਦ ਸਿੰਘ ਬਲਾਸਪੁਰ ਚ ਇੱਕ ਅਲਬੇਲ ਸਿੰਘ ਸੰਡੋਰੇ ਚ ਇੱਕ ਮੋਹਰ ਸਿੰਘ ਸੰਡੋਰੇ ਚ ਹੁਣੇ ਭਾਈ ਸਾਹਿਬ ਸੰਡੋਰੇ ਦੀ ਜੰਗ ਦੀ ਗੱਲ ਕਰਕੇ ਗਏ ਉਹ ਸ਼ਹੀਦਾਂ ਦੀ ਗੱਲ ਕਰਕੇ ਗਏ ਪੀਰ ਬੁੱਧੂ ਸ਼ਾਹ ਜੀ ਦੀ ਸੰਗਤ ਜੀ ਭਾਈ ਬਚਿੱਤਰ ਸਿੰਘ ਜੀ ਦੇ ਆਪਣੇ ਦੋ ਪੁੱਤਰ ਸਨ ਔਰ ਦੋਵੇਂ ਦੇ ਦੋਵੇਂ ਸ਼ਹੀਦ ਹੋਏ ਹਨ ਭਾਈ ਸੰਗਰਾਮ ਸਿੰਘ ਚੱਪੜਚੇੜੀ ਚ ਤੇ ਭਾਈ ਰਾਮ ਸਿੰਘ ਮਹਿਰੋਲੀ ਦਿੱਲੀ ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੁਣ ਤਿੰਨ ਭਰਾ ਸ਼ਹੀਦ ਹੋ ਚੁੱਕੇ ਹਨ ਚਮਕੌਰ ਦੀ ਗੜੀ ਚ ਜਦੋਂ ਕਲਗੀਧਰ ਸਹ ਪਹੁੰਚੇ ਸੰਗਤ ਜੀ ਉਥੇ ਵੇਖੋ ਭਾਈ ਮਨੀ ਸਿੰਘ ਜੀ ਦੇ ਅਸੀਂ ਕਲਗੀਧਰ ਪੁੱਤ ਪਾ ਜੀ ਨੂੰ ਯਾਦ ਕਰਦੇ ਹਾਂ ਅਸੀਂ ਨਮਸਕਾਰ ਕਰਦੇ ਹਾਂ ਕੱਲੇ ਕੱਲੇ ਗੁਰਸਿੱਖ ਨੂੰ ਜਿਹੜੇ ਉਹ ਸ਼ਹੀਦ ਹੋਏ ਹਨ ਪਰ ਸੰਗਤ ਜੀ 2 ਦਿਨਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਦੇ 5 ਪੁੱਤਰ ਸ਼ਹੀਦ ਹੋਏ ਹਨ। ਉਦੇ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਕੀਰਤਪੁਰ ਸਾਹਿਬ ਜੀ ਦੇ ਲਾਗੇ ਥੋੜੀ ਅੱਗੇ ਜਾ ਕੇ ਭਾਈ ਬਚਿੱਤਰ ਸਿੰਘ ਜੀ ਸਰੀਰ ਛੱਡ ਦਿੱਤਾ ਰੋਪੜ ਜਾ ਕੇ ਤਿੰਨ ਪੁੱਤਰ ਜਿਹੜੇ ਦੋ ਸ਼ਹੀਦ ਹੋ ਚੁੱਕੇ ਜਿਹੜੇ ਭੇਟ ਕੀਤੇ ਸੀ ਗੁਰੂ ਸਾਹਿਬ ਜੀ ਨੂੰ ਜਿਹੜੇ ਤਿੰਨ ਪੁੱਤਰ ਭੇਟ ਕੀਤੇ ਹਨ ਭਾਈ ਅਜਬ ਸਿੰਘ ਜੀ, ਭਾਈ ਅਨਕ ਸਿੰਘ ਜੀ, ਭਾਈ ਅਜਾਇਬ ਸਿੰਘ ਜੀ ਇਹ ਤਿੰਨੇ ਦੇ ਤਿੰਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪਾਉਂਦੇ ਹਨ। ਸੰਗਤ ਜੀ ਉਹਨਾਂ ਦੇ ਵਿੱਚੋਂ ਤਿੰਨਾਂ ਚੋ ਭਾਈ ਅਜਬ ਸਿੰਘ ਪਹਿਲਾ ਸ਼ਹੀਦ ਹੋਏ ਹਨ ਜਦੋਂ ਮੁਸਲਮਾਨਾਂ ਨੇ ਹਮਲਾ ਕਰਦੇ ਸੀ ਨਾ ਮੁਗਲ ਲਾਗੇ ਉਦੋਂ ਸ਼ਹੀਦ ਹੋ ਗਏ ਸਨ ਬਾਹਰ ਨਿਕਲ ਕੇ ਲੜਦੇ ਹੋਏ ਦੂਜੇ ਭਾਈ ਅਜਾਇਬ ਸਿੰਘ ਜੀ ਜਿਹੜਾ ਪਹਿਲਾ ਜਥਾ ਬਾਹਰ ਲੜਨ ਗਿਆ ਸੀ ਉਹਦੇ ਵਿੱਚ ਗਏ ਸੀ ਔਰ ਇੱਕ ਗੱਲ ਹੋਰ ਸਾਂਝ ਪਾਈਏ ਆਪ ਜੀ ਦੇ ਨਾਲ ਜਿਹੜੇ ਤੀਜੇ ਭਾਈ ਅਨਕ ਸਿੰਘ ਸੀ ਨਾ ਯਾਦ ਹੈ ਭਾਈ ਮਨੀ ਸਿੰਘ ਜੀ ਦਾ ਭਰਾ ਗਿਆ ਸੀ ਭਾਈ ਸਾਬ ਜਦਾ ਬਾਬਾ ਜੁਹਾਰ ਸਿੰਘ ਜੀ ਨਾ ਹੁਣੇ ਜ਼ਿਕਰ ਕਰਕੇ ਹਟੇ ਭਾਈ ਮਨੀ ਸਿੰਘ ਜੀ ਦਾ ਇੱਕ ਪੁੱਤਰ ਭਾਈ ਅਨਕ ਸਿੰਘ ਵੀ ਸਹਬਜਾਦਾ ਬਾਬਾ ਜੁਜਾਰ ਸਿੰਘ ਜੀ ਦੇ ਜਥੇ ਦੇ ਵਿੱਚ ਜਾ ਰਿਹਾ ਸੀ। ਉਹ ਫਿਲਮਾਂ 'ਚ ਤੇ ਦੇਖ ਛੜਿਆ ਇੱਕ ਸਰੀਰ ਅੱਗੇ ਗਿਆ ਮਗਰ ਪੰਜ ਘੋੜੇ ਦੌੜਿਆ ਰੇ ਉਹ ਘੋੜਿਆਂ ਤੇ ਕਿਹੜੇ ਸੂਰਮੇ ਸੀ ਕਿੰਨੇ ਪੜਨਾ ਹੈ ਉਹਨਾਂ ਦੇ ਵਿੱਚ ਭਾਈ ਆਪ ਜੀ ਨੂੰ ਇੱਕ ਹੋਰ ਗੱਲ ਦੱਸ ਦਈਏ ਉਹਦੇ ਵਿੱਚ ਭਾਈ ਬਾਬਾ ਸਹਬਜਾਦਾ ਜੁਜਾਰ ਸਿੰਘ ਜੀ ਦੇ ਨਾਲ ਇੱਕ ਉਹ ਕਿਰਪਾ RAM ਸੀਗੇ ਜਿਹੜੇ ਉਹ ਆਏ ਸੀਗੇ ਕਸ਼ਮੀਰ ਤੋਂ ਤੇ ਸਿੰਘ ਸੱਜ ਕੇ ਕਿਰਪਾ ਸਿੰਘ ਬਣ ਗਏ ਸੀ। ਉਹੋ ਹੀ ਕਿਰਪਾਲ ਸਿੰਘ ਜੀ ਦਾ ਇੱਕ ਭਰਾ ਸੀ ਸਨਮੁਖ ਸਿੰਘ ਇੱਕ ਭਾਈ ਮਨੀ ਸਿੰਘ ਜੀ ਦਾ ਪੁੱਤ ਅਨਕ ਸਿੰਘ ਔਰ ਇੱਕ ਭਾਈ ਮਨੀ ਸਿੰਘ ਜੀ ਦਾ ਭਰਾ ਭਾਈ ਦਾਨ ਸਿੰਘ ਤਾਂ ਤਾਂ ਭਾਈ ਮਨੀ ਸਿੰਘ ਜੀ ਸੰਗਤ ਜੀ ਵੇਖੋ ਇਹ ਹੁਣ 1 2 3 6 ਪੁੱਤਰ ਸ਼ਹੀਦ ਹੋ ਚੁੱਕੇ ਹਨ ਭਾਈ ਮਨੀ ਸਿੰਘ ਜੀ ਦੇ ਔਰ ਹੁਣ ਦੋ ਪੁੱਤਰ ਜਿਹੜੇ ਉਹ ਭਾਈ ਮਨੀ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਸੀਗੇ 8 ਪੁੱਤਰ ਸ਼ਹੀਦ ਹੋ ਗਏ 8 10 ਚ 8 ਹੁਣ ਸੰਖੇਪ ਸਮਾਂ ਹੈ ਆਓ ਭਾਈ ਮਨੀ ਸਿੰਘ ਜੀ ਦੀ ਗੱਲ ਕਰੀਏ ਬਹੁਤਾ ਨਹੀਂ ਅਸੀਂ ਦੱਸ ਸਕਦੇ ਬਸ ਇਨਾ ਆਪ ਜੀ ਨੂੰ ਦੱਸਣਾ ਹੈ ਸੰਗਤ ਜੀ ਭਾਈ ਮਨੀ ਸਿੰਘ ਜਿਸ ਦਿਨ ਸ਼ਹੀਦ ਹੋਏ ਹਨ ਬਸ ਇਨਾ ਹੀ ਆਪਾਂ ਨੂੰ ਪਤਾ ਕਿ ਨਖਾਸ ਚੌਕ ਲਾਹੌਰ ਚ ਸ਼ਹੀਦ ਹੋਏ ਆ ਭਾਈ ਮਨੀ ਸਿੰਘ ਜਿਹਦੇ ਪਰਿਵਾਰ ਦੇ ਸੱਤ ਜੀ ਸਿੰਘ ਉਸ ਦਿਨ ਸ਼ਹੀਦ ਕੀਤੇ ਗਏ ਆ ਉਹਨਾਂ ਦੇ ਘਰੋਂ ਬੀਬੀਆਂ ਤੇ ਬੱਚੇ ਵੀ ਸ਼ਹੀਦ ਕੀਤੇ ਗਏ ਆ ਬਹੁਤ ਜ਼ਿਆਦੀਆਂ ਸ਼ਿੱਧੀਆਂ ਇੱਕੋ ਦਿਨ 'ਚ ਹੋਈਆਂ ਔਰ ਆਪ ਜੀ ਨੂੰ ਦਸੀਏ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਚਾਚਾ ਜੀ ਭਾਈ ਗੁਲਜ਼ਾਰ ਸਿੰਘ ਉਹਨਾਂ ਦੀ ਪੁੱਠੀ ਖੱਲ ਲਾ ਕੇ ਉੱਥੇ ਲਾਹੌਰ 'ਚ ਸ਼ਹੀਦ ਕੀਤਾ ਗਿਆ ਰਣ ਸਿੰਘ ਤੇ ਸੰਗਤ ਸਿੰਘ ਜਿਹੜੇ ਇਹਨਾਂ ਦੇ ਚਾਚੇ ਦੇ ਪੁੱਤ ਭਰਾ ਲੱਗਦੇ ਹਨ ਭਾਈ ਮਨੀ ਸਿੰਘ ਜੀ ਦੇ ਇਹ ਵੀ ਦੋਵੇਂ ਸ਼ਹੀਦ ਹੋਏ ਔਰ ਭਾਈ ਮਨੀ ਸਿੰਘ ਜੀ ਦਾ ਇੱਕ ਆਪਣਾ ਭਰਾ ਭਾਈ ਜਗਤ ਸਿੰਘ ਸ਼ਹੀਦ ਹੋਇਆ ਔਰ ਦੋ ਪੁੱਤਰ ਚਿੱਤਰ ਸਿੰਘ ਤੇ ਗੁਰਬਖਸ਼ ਸਿੰਘ ਸ਼ਹੀਦ ਹੋਏ ਔਰ ਆਪ ਜੀ ਨੂੰ ਦਸੀਏ ਭਾਈ ਮਨੀ ਸਿੰਘ ਜੀ ਦਾ ਇੱਕ ਭਤੀਜਾ ਭਾਈ ਭੂਪਤ ਸਿੰਘ ਪਹਿਲੀਆਂ ਉਹਦੀਆਂ ਅੱਖਾਂ ਕੱਢੀਆਂ ਗਈਆਂ ਔਰ ਫੇਰ ਉਸ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਹੈਰਾਨੀ ਦੀ ਗੱਲ ਹੈ 12 ਭਰਾਵਾਂ ਦੇ ਵਿੱਚੋਂ 11 ਭਾਈ ਮਨੀ ਸਿੰਘ ਜੀ ਦੇ ਇਸ ਦੁਨੀਆ ਤੋਂ ਪਹਿਲਾਂ ਜਾ ਚੁੱਕੇ ਹਨ ਦਸਾਂ ਪੁੱਤਰਾਂ ਦੇ ਵਿੱਚੋਂ ਅੱਠ ਪੁੱਤਰ ਜਾ ਚੁੱਕੇ ਹਨ ਫੇਰ ਵੀ ਕਹਿੰਦਾ ਮੇਰਾ ਬੰਦ ਬੰਦ ਕੱਟ ਦੋ ਇਹ ਐ ਸਿੱਖੀ ਸਿੱਖੀ ਇਹ ਥੋੜੀ ਐ ਕਿ ਮੈਨੂੰ ਕੋ ਟਰੱਕ ਬੜੇ ਹੋ ਗਏ ਤੇ ਮੇਰੇ ਤੇ ਕਿਰਪਾ ਹੋ ਗਈ ਲਾਹਨਤ ਹੈ ਤੇਰੇ ਉਹਨਾਂ ਬਿਜ਼ਨਸਾਂ ਦੇ ਉੱਤੇ ਜਿਹਦੇ ਕਰਕੇ ਤੇਰੇ ਘਰੋਂ ਸਿੱਖੀ ਚਲੀ ਗਈ ਤੂੰ ਕਿਉਂ ਨਾ ਅਰਦਾਸ ਕੀਤੀ ਮਹਾਰਾਜ ਇੱਕ ਟਰੱਕ ਦੇ ਦਿੱਤਾ ਮੈਂ ਗੁਜ਼ਾਰਾ ਕਰ ਲਵਾਂਗਾ ਜੋ ਮਰਜ਼ੀ ਹੋ ਜੇ ਮੈਂ ਰੋ ਜਾ ਕੇ ਇੱਥੇ ਨੱਕ ਰੜਗਾਗਾ ਮਾਰੇ ਮੇਰੇ ਘਰੋਂ ਸਿੱਖੀ ਨਾ ਚਲੀ ਜਾਵੇ ਤੂੰ ਤੇ ਆ ਕੇ ਕਦੀ ਸਿੱਖੀ ਮੰਗੀ ਨਹੀਂ ਤੂੰ ਜਦਨ ਆਇਆ ਅਗਲਾ ਟਰੱਕ ਮੰਗ ਲਿਆ ਜਦਨ ਆਇਆ ਬਿਜ਼ਨਸ ਸਪੈਂਡ ਕਰਨਾ ਮੰਗ ਲਿਆ ਘਰੋਂ ਸਿੱਖੀ ਜਾਂਦੀ ਲੱਗੀ ਪੜ੍ਹਨੋ ਧਿਆਨ ਦੇਵੋ ਧਿਆਨ ਦੇਵੋ ਤੁਸੀਂ ਸਰਮਾਇਆ ਹੋ ਕੌਮ ਦਾ ਤੁਹਾਡੇ ਫਰਜ਼ ਹਨ ਪਰਿਵਾਰ ਦੇ ਫਰਜ਼ ਅਲੱਗ ਹਨ ਗੁਰੂ ਪ੍ਰਤੀ ਫਰਜ਼ ਅਲੱਗ ਹਨ ਪੰਥ ਪ੍ਰਤੀ ਫਰਜ਼ ਅਲੱਗ ਹਨ ਪਹਿਚਾਣੋ ਆਪਣੇ ਫਰਜ਼ਾਂ ਨੂੰ ਸਿਰਫ ਧੀਆ ਪੁੱਤਰ ਇਸ ਕਰਕੇ ਨਹੀਂ ਪੈਦਾ ਕਰਨੇ ਕਿ ਛਾਤੀ ਨਾ ਕੁੱਟ ਲਾ ਕੇ ਬੈਠੇ ਰਹੇ ਮੁੜ ਕੇ ਉਪਤਤ ਹੋ ਗਏ ਤੇ ਮੁੜ ਕੇ ਮੋਚ ਫਸੇ ਹਾਏ ਅਸੀਂ ਕੀ ਕਰੀਏ ਆਏ ਅਸੀਂ ਕੀ ਕਰੀਏ ਲੋੜ ਪੈਣ ਤੇ ਮਹਾਰਾਜ ਕਿਰਪਾ ਕਰੇ ਕਿਸੇ ਪਰਵਾਨਿਆਂ ਨੂੰ ਸ਼ਹੀਦੀ ਬਖਸ਼ੇ ਉਹ ਆਪ ਸ਼ਹੀਦ ਹੋਈਏ ਕਿਤੇ ਕਿਤੇ ਮਹਾਰਾਜ ਕਿਰਪਾ ਕਰੇ ਪਰਵਾਰਾਂ ਦੇ ਵਿੱਚ ਗੱਲ ਚੱਲੇ ਸੰਗਤ ਜੀ ਇਹ ਸ਼ਹੀਦ ਜਿਹੜੇ ਹਨ ਨਾ ਨਮਸਕਾਰ ਹੈ ਇਹਨਾਂ ਨੂੰ ਨਮਸਕਾਰ ਹੈ ਹੈਰਾਨੀ ਦੀ ਗੱਲ ਹੈ ਅਸੀਂ ਤਾਂ ਡਰਦੇ ਹਾਂ ਨਿੱਕੀ ਨਿੱਕੀ ਗੱਲ ਦੇ ਉੱਤੇ ਅਸੀਂ ਮੋਚ ਬੱਜੇ ਕਾਮ ਚ ਬੱਜੇ ਕਰੋਚ ਬੱਜੇ ਲੋਭੀ ਹੋ ਹੋ ਕੇ ਮਰ ਚੱਲੇ ਹੰਕਾਰ ਨਹੀਂ ਸਾਨੂੰ ਟਿਕਣ ਦਿੰਦਾ ਆਹ ਵੇਖੋ ਜੀ 12 ਚੋਂ 11 ਭਰਾ ਸ਼ਹੀਦ 10 ਚੋਂ 8 ਪੁੱਤਰ ਸ਼ਹੀਦ ਅੱਜ ਭਾਈ ਮਨੀ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਸ਼ਹੀਦ ਹੋਣਾ ਸਾਰਾ ਪਰਿਵਾਰ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ ਅੱਜ ਵੀ ਸਿੱਖੀ ਨਹੀਂ ਛੱਡ ਰਹੇ ਫਤਵਾ ਲਾ ਦਿੱਤਾ ਬੰਦ-ਬੰਦ ਕੱਟੋ ਇੱਥੋਂ ਗੁੱਟ ਤੋਂ ਕੱਟਣ ਲੱਗਾ ਸੀ ਜਲਾਦ ਹਰ ਬੰਦਾ ਚਾਹੁੰਦਾ ਮੈਂ ਛੇਤੀ ਜੌਬ ਕਰਾਂ ਪਤਾ ਹੈ ਸਰੀਰ ਤੇ ਚੱਲਿਆ ਜਾਣਾ ਭਾਈ ਮਨੀ ਸਿੰਘ ਜੀ ਕਹਿੰਦੇ ਨਹੀਂ ਹੁਕਮ ਹੋਇਆ ਸੀ ਬੰਦ-ਬੰਦ ਕੱਟਣਾ ਹੈ ਤੇ ਬੰਦ ਦਾ ਮਤਲਬ ਹੈ ਐਵਰੀ ਬੈਂਟ ਐਵਰੀ ਜੋੜ ਜਿੰਨੂੰ ਜੋਇੰਟ ਕਹਿ ਦਿੰਨੇ ਆ ਇੱਥੋਂ ਕੱਟ ਫਿਰ ਇੱਥੋਂ ਕੱਟ ਫਿਰ ਇੱਥੋਂ ਕੱਟ ਇਦਾਂ ਹੀ ਉਂਗਲਾਂ ਕੱਟ ਫਿਰ ਇੱਥੇ ਆਈ ਫਿਰ ਇੱਥੇ ਔਰ ਫਿਰ ਇੱਥੇ ਮੋਢੇ ਤੋਂ ਕਟਿਆ ਗਿਆ ਸੀ ਉਹਨਾਂ ਨੂੰ ਇੱਕ ਬਾਹ ਕੱਟੀ ਗਈ ਏਦਾਂ ਹੀ ਦੂਜੀ ਕੱਟੀ ਗਈ ਫਿਰ ਪੈਰਾਂ ਵੱਲੋਂ ਸ਼ੁਰੂ ਹੋਏ ਲੱਤਾਂ ਕੱਟ ਦਿੱਤੀਆਂ ਗਈਆਂ ਸੰਗਤ ਜੀ ਸਿਰਫ ਇੱਥੋਂ ਲੈ ਕੇ ਸਿਰ ਤੱਕ ਧੜ ਰਹਿ ਗਿਆ ਧੜ ਰਹਿ ਗਿਆ ਬਾਣੀ ਪੜ ਰਹੇ ਹਨ ਬਾਣੀ ਪੜ ਰਹੇ ਹਨ ਇਤਿਹਾਸ ਲਿਖਣ ਵਾਲਿਆਂ ਨੇ ਲਿਖ ਦਿੱਤਾ ਭਾਈ ਸਾਹਿਬ ਕਹਿੰਦੇ ਸ਼ਹੀਦ ਤੇ ਤੁਸੀਂ ਕਰ ਦੇਣਾ ਬਾਣੀ ਦਾ ਭੋਗ ਹੀ ਪੈ ਲੈੰਦੋ ਫਿਰ ਸਿਰ ਕੱਟ ਲਿਓ ਇੱਕ ਹੀ ਤੇ ਜੋੜ ਰਹਿ ਗਿਆ ਹੁਣ ਇੱਥੇ ਫੇਰ ਕੱਟ ਲਿਓ ਜਲਾਦ ਕਹਿੰਦਾ ਮੇਰੇ ਕੋਲ ਐਨਾ ਟਾਈਮ ਨਹੀਂ ਹੈ ਗਿਆ ਆਪਣੀ ਜਲਾਦ ਨੇ ਤਲਵਾਰ ਚਲਾਈ ਸੀਸ ਤੇ ਧੜ ਦੋ ਹਿੱਸੇ ਹੋ ਗਿਆ ਦੋ ਹਿੱਸੇ ਤੇ ਹੋ ਗਏ ਪਰ ਬਾਣੀ ਚੱਲੀ ਜਾਂਦੀ ਮਹਾਰਾਜੋ ਤੇਰੇ ਪਿਆਰੇ ਬਾਣੀ ਪੜ ਪੜ ਕੇ ਬਾਣੀ ਦਾ ਰੂਪ ਹੋ ਗਏ ਅਜ ਉਹਨਾਂ ਦੇ ਅੰਗ ਪਏ ਹਨ ਬਾਣੀ ਚੱਲੀ ਜਾਂਦੀ ਅਸੀਂ ਐਸੇ ਮੁਰਤੇ ਅਸੀਂ ਐਸੇ ਮੁਰਦੇ ਅਸੀਂ ਹਰਾਮਖੋਰ ਅਸੀਂ ਐਸੇ ਹਰਾਮਖੋਰ ਹੋ ਗਏ ਸਾਨੂੰ ਤੇ ਜਿਉਂਦੇ ਜੀਵ ਜਪਜੀ ਸਾਹਿਬ ਨਹੀਂ ਆਉਂਦਾ ਸਾਡਾ ਤਾਂ ਸਿਮਰਨ ਕਰਨ ਨੂੰ ਦਿਲ ਨਹੀਂ ਕਰਦਾ ਸਾਡਾ ਤਾਂ ਦਿਲ ਨਹੀਂ ਕਰਦਾ ਕਿ ਕਿਤੇ ਤੇਰੇ ਦਰ ਤੇ ਆਣ ਕੇ ਕਹੀਏ ਮਹਾਰਾਜ ਆ ਗਏ ਹੁਣ ਨਹੀਂ ਥੋ ਉਠਾਈ ਨਹੀਂ ਜਾਣ ਨੂੰ ਦਿਲ ਕਰਦਾ ਅਸੀਂ ਤੇ ਤਮਾਸ਼ਾ ਆਪਣਾ ਵੀ ਬਣਾ ਲਿਆ ਆਪਣੀ ਕੌਮ ਦਾ ਵੀ ਬਣਾ ਦਿੱਤਾ ਕੌਮ ਕਿੱਥੇ ਸੀ ਆਪਾਂ ਹੀ ਕੌਮ ਸੀ ਸੰਗਤ ਜੀ ਹੁਣ ਆਪ ਜੀ ਦੇ ਨਾਲ ਇੱਕ ਹੋਰ ਇਸ ਗੱਲ ਦੇ ਪਰਿਵਾਰ ਦੀ ਸਾਂਝ ਪਾਉਣੀ ਹੈ ਗੱਲ ਕੀਤੀ ਸੀ ਨਾ ਕਿਤੇ 12 ਭਰਾ ਸੀ 12 ਦੇ 12 ਸ਼ਹੀਦ ਹੋ ਜਾਂਦੇ ਇਹ ਵੀ ਇਹ ਵੀ ਖੁਸ਼ੀ ਉਸ ਪਰਿਵਾਰ ਚ ਮਿਲੀ ਹੋਈ ਹੈ ਭਾਈ ਮਨੀ ਸਿੰਘ ਜੀ ਦੇ ਚਾਚਾ ਜੀ ਸੀ ਭਾਈ ਨਠਿਆ ਜੀ ਭਾਈ ਨਠਿਆ ਜੀ ਦੇ 8 ਪੁੱਤਰ ਔਰ 8 ਦੇ 8 ਸ਼ਹੀਦ ਹੋਏ ਹਨ ਭਾਈ ਮਨੀ ਸਿੰਘ ਜੀ ਦੇ ਚਾਚਾ ਜੀ ਭਾਈ ਨਠਿਆ ਜੀ ਦੇ 8 ਪੁੱਤਰ 8 ਦੇ 8 ਸ਼ਹੀਦ ਹੋਏ ਉਹਨਾਂ 'ਚ ਦੋ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਔਰ ਚਾਰ ਭਰਾ ਇਕੱਠੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੋਏ ਉਹਨਾਂ ਦੇ ਵਿੱਚੋਂ ਇੱਕ ਸੂਰਮਾ ਸੀ ਬਾਜ ਸਿੰਘ ਜਦੋਂ ਚੱਪੜ ਚਿੜੀ ਦੀ ਲੜਾਈ ਚੱਲ ਰਹੀ ਸੀ ਵਜ਼ੀਰ ਖਾਂ ਬਾਬਾ ਬੰਦਾ ਸਿੰਘ ਬਹਾਦਰ ਵੱਲ ਨੂੰ ਵਾਧਾ ਹੁੰਦਾ ਹੈ ਵਧਦਾ ਆਉਂਦਾ ਹੈ ਤੇ ਰਸਤੇ ਦੇ ਵਿੱਚ ਆ ਗਿਆ ਸੀ ਇਹ ਬਾਜ ਸਿੰਘ ਇਸ ਬਾਜ ਸਿੰਘ ਦੇ ਜੋ ਰਸਤੇ 'ਚ ਆ ਕੇ ਨੇ ਲਲਕਾਰਿਆ ਵਜ਼ੀਰ ਖਾਂ ਨੂੰ ਵजीर खान ਨੇ ਹੱਥੋਂ ਛੱਡ ਕੇ ਨੇਜਾ ਮਾਰਿਆ ਭਾਈ ਬਾਜ ਸਿੰਘ ਦੇ Harry Potter ਨੂੰ ਪੜਨ ਵਾਲਿਓ ਇਹ ਭਾਈ ਬਾਜ ਸਿੰਘ ਨੇ ਨੇਜਾ ਆਪਣੇ ਵੱਲ ਨੂੰ ਆਉਂਦਾ ਕੈਚ ਕਰ ਲਿਆ ਸੀ ਇਹ ਨੇਜਾ ਆਪਣੇ ਵੱਲ ਨੂੰ ਆਉਂਦਾ ਕੈਚ ਕਰ ਲਿਆ ਔਰ ਫੇਰ ਵजीर खान ਵੱਲ ਨੂੰ ਵਗਾ ਕੇ ਮਾਰਿਆ ਉਹ ਜਾ ਕੇ ਵजीर खान ਦੇ ਘੋੜੇ ਨੂੰ ਲਗਾ ਵजीर खान ਮੁੜ ਕੇ ਫੇਰ ਆਪਣੀ ਤਲਵਾਰ ਦੇ ਨਾਲ ਭਾਈ ਬਾਜ ਸਿੰਘ ਤੇ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਲਵਾਰ ਤਾਂ ਚੁੱਕੀ ਇਸ ਤੋਂ ਪਹਿਲਾਂ ਕਿ ਭਾਈ ਬਾਜ ਸਿੰਘ ਤੇ ਵਾਰ ਕਰ ਪੌਂਦਾ ਭਾਈ ਫਤਿਹ ਸਿੰਘ ਜੀ ਚੱਕ ਫਤਿਹ ਸਿੰਘ ਵਾਲਾ ਬਠਿੰਡੇ ਲਾਗੇ ਵਾਲੇ ਉਹਨਾਂ ਨੇ ਇਸ ਵਜ਼ੀਰ ਖਾਂ ਤੇ ਵਾਰ ਕੀਤਾ ਵਜ਼ੀਰ ਖਾਂ ਦੀ ਬਾਹ ਲਾ ਕੇ ਸੁੱਟ ਦਿੱਤੀ ਸੀ ਇਹ ਸੂਰਮੇ ਆ ਉਹ ਇਹਨਾਂ ਦਾ ਇਤਿਹਾਸ ਪੜੋ ਇਹਨਾਂ ਦਾ ਆਪਣੇ ਬੱਚਿਆਂ ਨੂੰ ਪੜਾਓ ਤੁਹਾਡੇ ਬੱਚਿਆਂ ਨੂੰ ਡਿਪਰੈਸ਼ਨ ਆ ਨਹੀਂ ਹੋਣਗੀਆਂ ਕਿਉਂ ਦਵਾਈਆਂ ਖਾ ਖਾ ਕੇ ਇਹਨਾਂ ਨੂੰ ਮਰਾਈ ਜਾਂਦੇ ਜੇ ਕਿਉਂ ਕਿਉਂਕਿ ਜਦੋਂ ਗੁਰੂ ਘਰ ਚ ਕੋਈ ਗੱਜ ਕੇ ਬੋਲਦਾ ਤੁਸੀਂ ਕੰਪਲੇਨ ਕਰਦੇ ਹੋ ਕਿ ਐਨਾ ਸਾਡੇ ਦੇ ਬੱਚੇ ਡਰਦੇ ਆ ਉਹ ਤਾਂ ਸ਼ੀਧੀਆਂ ਪਾਉਣ ਤੋਂ ਨਹੀਂ ਡਰਦੇ ਸਾਡੇ ਬੱਚੇ ਗੁਰਦੁਆਰਾ ਸਾਹਿਬ ਚ ਨਗਾਰਾ ਵਜਣ ਲੱਗੇ ਤਾਂ ਡਰਨ ਲੱਗ ਪੈਂਦੇ ਆ ਐਸੀਆਂ ਔਲਾਦਾਂ ਜੰਮਣ ਖਣੋ ਕੀ ਥੜਿਆ ਸੀ ਮਾਫ਼ ਕਰਨਾ ਕਹਿਣ ਨੂੰ ਦਿਲ ਨਹੀਂ ਕਰਦਾ ਸੰਗਤ ਜੀ ਇਸ ਪਰਿਵਾਰ ਦੀ ਸ਼ਹੀਦੀ ਮਹਾਨ ਹੈ ਜਿਸ ਦਿਨ ਭਾਈ ਬਾਬਾ ਬੰਦਾ ਸਿੰਘ ਸ਼ਹੀਦ ਹੋਏ ਚਾਰ ਭਰਾ ਤੇ ਅੱਗੇ ਤਿੰਨ ਉਹਨਾਂ ਦੇ ਪੁੱਤਰ ਇਦਾਂ ਸ਼ਹੀਦ ਹੋਏ ਇਸ ਵੱਡੇ ਪਰਿਵਾਰ ਦੀਆਂ ਵੱਡੀਆਂ ਸ਼ਹਾਦਤਾਂ ਬਹੁਤ ਇਤਿਹਾਸ ਲੰਬਾ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਤਕਰੀਬਨ ਅਸੀਂ 40-42 ਸ਼ਹੀਦਾਂ ਦਾ ਨਾਂ ਲਿਆ ਹੈ ਬਾਕੀ ਰਹਿ ਗਏ ਹਨ 58 ਸ਼ਹੀਦ ਇਸ ਪਰਿਵਾਰ ਦੇ ਆਪ ਜੀ ਨੂੰ ਮਿਲਦੇ ਹਨ ਜਿਹੜਾ ਲਿਖਤ ਹੈ ਔਰ ਇੱਕ ਗੱਲ ਦੱਸ ਦਈਏ ਭਾਈ ਮਨੀ ਸਿੰਘ ਜੀ ਉਸ ਵੇਲੇ ਦੇ ਇੰਡੀਆ ਦਾ ਸਭ ਤੋਂ ਅਮੀਰ ਮਨੁੱਖ ਸੀ ਜਿਹੜਾ ਭਾਈ ਲੱਖੀ ਸ਼ਾਹ ਬਨਜਾਰਾ ਉਹਦੇ ਜਵਾਈ ਸਨ ਤੁਹਾਡੇ ਬੇ ਏਰੀਏ ਦਾ ਸਭ ਤੋਂ ਅਮੀਰ ਕੋਈ ਸਿੱਖ ਹੋਇਆ ਨਾ ਉਹਦਾ ਜਵਾਈ ਗੁਰਦੁਆਰੇ ਨਹੀਂ ਆਉਂਦਾ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਨਹੀਂ ਆਏਗਾ ਉਹ ਅਜੇ ਬੇਹਰੀਆ ਉਹ ਇੰਨੇ ਵੱਡੇ ਅਮੀਰ ਸੀ ਭਾਈ ਲੱਖੀ ਸ਼ਾਹ ਵਣਜਾਰਾ ਉਹਨਾਂ ਦੇ ਜਵਾਈ ਭਾਈ ਮਨੀ ਸਿੰਘ ਜਿਨ੍ਹਾਂ ਦੇ ਆ ਵੇਖੋ ਇੰਨੀਆਂ ਸ਼ਹੀਦਾਂ ਆਈਆਂ ਤੇ ਜੇ ਭਾਈ ਲੱਖੀ ਸ਼ਾਹ ਵਣਜਾਰੇ ਵਾਲੇ ਪਰਿਵਾਰ ਦੀਆਂ ਭਾਈ ਮਨੀ ਸਿੰਘ ਦੀਆਂ ਅੱਗੇ ਬੱਚਿਆਂ ਤੇ ਬੀਬੀਆਂ ਦੀ ਸ਼ਹੀਦਾਂ ਕੀਤੀ ਗੱਲ ਗੱਲ ਕੀਤੀ ਜਾਵੇ ਸ਼ਹੀਦਾਂ ਦੀ ਤੇ 70 ਤੋਂ ਉੱਪਰ ਸ਼ਹੀਦ ਇਸ ਪਰਿਵਾਰ ਦੇ ਹੋਏ ਹਨ ਸੰਗਤ ਜੀ ਇੱਕ ਵਾਰ ਬੋਲੋ ਧੰਨ ਧੰਨ ਭਾਈ ਮਨੀ ਸਿੰਘ ਜੀ ਇਤਿਹਾਸ ਪੜਨਾ ਕੋਈ ਸਵਾਦ ਲੈਣ ਲਈ ਨਹੀਂ ਹੈ ਇਤਿਹਾਸ ਤੋਂ ਆਪਣੀ ਮੁਰਦਾ ਜਮੀਰ ਨੂੰ ਜਿੰਦੇ ਕਰਨਾ ਹੁੰਦਾ ਹੈ ਇਥੋਂ ਕੰਪੇਅਰ ਕਰਨਾ ਹੁੰਦਾ ਸਿੱਖੀ ਕੀ ਹੈ ਮੈਂ ਕਿੰਨੂੰ ਸਿੱਖੀ ਸਮਝ ਕੇ ਬੈਠਾ ਤੇ ਸਿੱਖੀ ਹੈ ਕੀ ਜੇ ਸਿੱਖੀ ਮੇਰੇ ਵਾਲੀ ਸੱਚ ਹੈ ਤੇ ਉਹ ਕਿਹੜੀ ਕਮਾਉਂਦੇ ਰਹੇਗੇ ਉਹ ਆਪਣੇ ਪਰਿਵਾਰ ਕਿਉਂ ਸ਼ਹੀਦ ਕਰਾਉਂਦੇ ਰਹੇਗੇ ਤੇ ਜੇ ਉਹ ਸੱਚ ਹੈ ਤੇ ਕਦੇ ਉਹੋ ਜੀ ਸਿੱਖੀ ਸਾਡੇ ਅੰਦਰ ਕਦੋਂ ਆਏਗੀ ਜਦੋਂ ਸਾਡੇ ਅੰਦਰ ਸਿੱਧਕ ਪੈਦਾ ਹੋਵੇਗਾ ਜਦੋਂ ਅਸੀਂ ਪੜਾਂਗੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਗੱਜ ਕੇ ਪੜੋ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਹੁਣਾਂ अनेਕਾਂ ਪੁੱਲਾਂ ਦੀ ਮੁਆਫੀ ਯੂਐਸਏ ਕੈਨੇਡਾ ਦੀ ਯਾਤਰਾ ਦਾ ਇਹ ਖੀਰਲਾ ਦੀਵਾਨ ਹੈ ਅੱਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਹੋਰ ਸਥਾਨਾਂ ਦੀ ਯਾਤਰਾ ਹੈ ਆਪ ਜੀ ਨੇ ਬੜਾ ਪਿਆਰ ਬਖਸ਼ਿਆ ਆਪ ਜੀ ਦੇ ਚਰਨ ਤੇ ਸਾਡਾ ਸਿਰ ਮੱਥਾ ਕਿਰਪਾ ਕਰਨ ਗੁਰੂ ਸਾਹਿਬ ਸਦਾ ਸੰਗਤਾਂ ਦੇ ਚਰਨਾਂ ਦੀ ਧੂੜ ਬਖਸ਼ਦੇ ਰਹਿਣ ਬੋਲਦਿਆਂ ਬਹੁਤ ਕੁਝ ਕਈ ਵਾਰ ਵੱਧ ਘੱਟ ਬੋਲਿਆ ਜਾਂਦਾ ਸੰਗਤ ਜੀ ਅਸੀਂ ਤੁਹਾਡੇ ਪੁੱਤਰ ਹਾਂ ਮੁਆਫ ਕਰ ਦੇਣਾ ਹੋਈਆਂ अनेका ਪੁੱਲਾਂ ਮੁਆਫ ਕਰ ਦੇਣੀਆਂ ਗਲਤੀਆਂ ਸਾਡੀਆਂ ਸਾਡੀ ਝੋਲੀ 'ਚ ਗੁਰੂ ਦਾ ਇਤਿਹਾਸ ਗੁਰਬਾਣੀ ਆਪਣੀ ਝੋਲੀ 'ਚ ਭਰ ਕੇ ਲੈ ਕੇ ਜਾਣਾ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ